ਮੈਂ ਰਾਹਤ ਬਾਨੋ ਤਾਰਿਕਰ ਪਾਕਿਸਤਾਨ ਟੈਲੀਵਿਜ਼ਨ ਸੈਂਟਰ ਤੋਂ ਅੱਜ ਈਦ ਦੇ ਸੋਹਣੇ ਮੌਕੇ 'ਤੇ ਇਹ ਜਿਹੜੀ ਸਾਡੀ ਵੱਡੀ ਈਦ ਅਖੀਂਦੀ ਹੈ ਹਜ਼ਰਤ ਇਬਰਾਹਿਮ ਅਲੈਹਿਸ ਸਲਾਮ ਅਤੇ ਹਜ਼ਰਤ ਇਸਮਾਈਲ ਅਲੈਹਿਸ ਸਲਾਮ ਦੀ ਕੁਰਬਾਨੀ ਦੀ ਈਦ ਉਹਦੇ 'ਚ ਇੱਕ ਸੋਹਣਾ ਜਿਹਾ ਪ੍ਰੋਗਰਾਮ ਤੁਹਾਡੇ ਵਾਸਤੇ ਗਿਣ ਕੇ ਆਈ ਬੈਠੀ ਹਾਂ ਅਤੇ ਮੇਰੇ ਨਾਲ ਜਿਹੜੇ ਹੋਸਟ ਕਰਦੇ ਪਏ ਜਨਾਬ ਆਪਣਾ ਤਾਰਫ ਕਰੇ ਸੋ ਜੀ ਸ਼ਕੀਬ ਅਹਿਮਦ ਹਾਜ਼ਰ ਖਿਦਮਤ ਹੈ ਈਦ ਮੁਬਾਰਕ ਸਭ ਤੋਂ ਪਹਿਲੇ ਸਾਰੇ ਦੇਖਣ ਵਾਲਿਆਂ ਨੂੰ ਸਾਰੇ ਜਿਹੜੇ ਪਹਿਲੇ ਪਾਕਿਸਤਾਨ ਹਨ ਆਲਮ ਇਸਲਾਮ ਹੈ ਜਿੱਥਾਂ ਜਿੱਥਾਂ ਇਹ ਵੇਲੇ ਮੁਸਲਮਾਨ ਈਦ ਉਲ ਅਜ਼ਹਾ ਮਨਾਉਂਦੇ ਪੈਣ ਸਾਡੀ ਤਰਫੋਂ ਢੇਰ ਸਾਰੀ ਈਦ ਮੁਬਾਰਕ ਅੱਛਾ ਰਾਹਤ ਇੱਕ ਚੀਜ਼ ਇਹ ਹੁੰਦੀ ਹੈ ਕਿ ਸਾਡੇ ਜਿਹੜੇ ਪਾਕਿਸਤਾਨ ਤੋਂ ਬਾਹਰ ਰਹਿਣ ਵਾਲੇ ਲੋਕ ਹਨ ਨਾ ਉਹ ਸਾਡੇ ਪ੍ਰੋਗਰਾਮਸ ਦਾ ਪੀ ਟੀ ਵੀ ਦੇ ਪ੍ਰੋਗਰਾਮਸ ਦਾ ਬੜੀ ਸ਼ਿੱਦਤ ਨਾਲ ਇੰਤਜ਼ਾਰ ਕਰਦੇ ਹੁੰਦੇ ਕਿ ਈਦ ਆਵੇ ਅਤੇ ਅਸਾਂ ਪੀ ਟੀ ਵੀ ਦੇ ਜ਼ਰੀਏ ਪੂਰੇ ਆਪਣੇ ਦੇਖਣ ਵਾਲਿਆਂ ਦੇ ਜ਼ਰੀਏ ਪੂਰਾ ਮੁਲਕ ਜਿਹੜਾ ਇੱਕ ਦੂਜੇ ਨਾਲ ਜੁੜ ਵੇਂਦੇ ਵਾ ਨਾਲ ਇਹ ਹੁੰਦੇ ਕਿ ਜਿਵੇਂ ਸਾਡੀ ਸਰਾਇਕੀ ਖਿੱਤਾ ਪਿਆ ਸਾਡਾ ਇੱਥੋਂ ਦੇ ਲੋਕਾਂ ਨਾਲ ਮਿਲਦੇ ਨੇ ਇਹਨਾਂ ਪ੍ਰੋਗਰਾਮਾਂ ਦੇ ਥਰੂ ਅਤੇ ਅੱਜ ਸਾਡੇ ਕੋਲ ਜਿਹੜੀ ਇੱਥਾਂ ਇੱਕ ਬਹਾਰ ਲੱਗੀ ਪਈ ਹੈ ਮਹਿਮਾਨਾਂ ਦੀ ਇੰਨੇ ਸੋਹਣੇ ਸੋਹਣੇ ਮਹਿਮਾਨ ਅਸਾਂ ਇੱਥੇ ਤੁਹਾਡੇ ਵਾਸਤੇ ਸੱਡੀ ਬੈਠੇ ਔਰ ਜਿਨ੍ਹਾਂ 'ਚੋਂ ਸਾਰੇ ਖਿੱਤੇ ਦੀ ਖੁਸ਼ਬੂ ਆਉਂਦੀ ਹੈ ਮੈਂ ਚਾਹਾਂ ਕਿ ਮੈਂ ਤਾਰੁਫ ਕਰਾਵਾਂ ਇਹ ਵੇਲੇ ਸਾਰੇ ਕੋਲ ਜਨਾਬ ਇੱਥਾਂ ਤਸ਼ਰੀਫ ਰੱਖਦੇ ਪਏ ਜਨਾਬ ਸੈਦ ਅਲੀ ਮੂਸਾ ਗਿਲਾਨੀ ਸਾਹਿਬ ਯੂਸਫ ਰਜ਼ਾ ਗਿਲਾਨੀ ਸਹੀ ਹੋਣੀ ਦੇ ਇਹ ਫਰਜ਼ੰਦ ਹਨ ਸਿਆਸਤ ਵਿੱਚ ਮਾਸ਼ਾਅੱਲਾ ਇਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਦੀ ਪੂਰੀ ਇੰਟਾਇਰ ਫੈਮਿਲੀ ਦਾ ਮੈਂ ਆਖਸਾਂ ਅਤੇ ਜਿਹੜੇ ਯੂਸਫ ਰਜ਼ਾ ਗਿਲਾਨੀ ਸਹੀ ਹੋਣੀ ਵਜ਼ੀਰ ਆਜ਼ਮ ਬਣੇ ਤਾਂ ਉਹ ਲਈ ਸਾਕੂੰ ਬਹੁਤ ਸਾਰੇ ਤੋਹਫੇ ਮਿਲੇ ਜਿਹਦੇ 'ਚੋਂ ਪੀ ਟੀ ਵੀ ਮੁਲਤਾਨ ਦੀ ਬਿਲਡਿੰਗ ਉਹਦਾ ਇਫਤਤਾਹ ਇਹ ਜਿੱਥੇ ਅੱਜ ਅਸੀਂ ਬੈਠੇ ਹਾਂ ਇਹ ਵੀ ਉਹਦੇ 'ਚ ਹੋਏ ਐਂਡ ਇਟਸ ਐਬਸੋਲਿਊਟ ਐਨ ਆਨਰ ਫੋਰ ਅਸ ਕਿ ਤੁਸੀਂ ਅ ਟਾਈਮ ਕੱਢੇ ਈਦ ਵਾਲੇ ਦੀ ਸਾਡਾ ਈਦ ਮਨਾਵਣ ਆਇਓ ਜਨਾਬ ਬਿਆਤਾ ਤਸ਼ਰੀਫ ਰੱਖਦੇ ਜੀ ਮੈਂ ਅਕਸਰ ਕਿ ਜੀ ਡੇਰਾ ਗਾਜ਼ੀ ਖਾਨ ਦੇ ਵਿੱਚੋਂ ਜਿਹੜੀ ਸਾਡੇ ਅਸਾਂ ਅਕਸਰ ਇਲਾਕੇ ਦੀ ਸਾਡੀ ਇੱਕ ਐਸੀ ਸੋਹਣੀ ਦੀ ਜਿਨ੍ਹਾਂ ਦਾ ਇਤਨਾ ਕੰਟਰੀਬਿਊਸ਼ਨ ਹੈ ਸ਼ਾਇਰੀ ਦੇ ਵਿੱਚ ਔਰ ਜਨਾਬ ਵੱਡੀ ਗੱਲ ਹੈ ਕਿ 5 ਕਿਤਾਬਾਂ ਦੇ ਜਨਾਬ ਮੁਸਨਫ ਬਣ ਚੁੱਕੇ ਇਹਨਾਂ ਦੀ ਸ਼ਾਇਰੀ ਇਹਨਾਂ ਦਾ ਕਲਾਮ ਇਹਨਾਂ ਦਾ ਕੰਟਰੀਬਿਊਸ਼ਨ ਇਲਾਕੇ 'ਚ ਬਹੁਤ ਸਾਰੇ ਫਿਲੈਂਥਰੋਪਿਸਟ ਜੇਕੋ ਸਾਡੇ ਖਿਦਮਤ ਖਲਕ ਦੇ ਕੰਮ ਵੀ ਕਰੇ ਨੇ ਔਰ ਬੇਪਨਾਹ ਸਾਰੀ ਚੰਗੀ ਸ਼ਾਇਰਾਂ ਹਨ ਜਨਾਬ ਮੇਰੀ ਪਿਆਰੀ ਭੈਣ ਨਜਮਾ ਖੋਸਾ ਸਰ ਅੱਜ ਦੇ ਪ੍ਰੋਗਰਾਮ ਵਿੱਚ ਢੇਰਾ ਢੇਰ ਈਦ ਦੀਆਂ ਮੁਬਾਰਕਾਂ ਵੀ ਅਤੇ ਵੈਲਕਮ ਵੀ ਆਖਸਾ ਤੱਕ ਰਾਹਤ ਸਾਡੇ ਕੋਲ ਜਿਹੜੇ ਮਹਿਮਾਨ ਆਏ ਹੋ ਉਹਦੇ ਵਿੱਚੋਂ ਡੇਰੇ ਤੋਂ ਡੂ ਡੇਰਾ ਗਾਜ਼ੀ ਖਾਨ ਤੋਂ ਡੂ ਖਵਾਤੀਨ ਮਹਿਮਾਨ ਅੱਜ ਦੇ ਈਦ ਦੇ ਪ੍ਰੋਗਰਾਮ ਦੇ ਇਹ ਡਾਕਟਰ ਸ਼ਾਹੀਨਾ ਕਰੀਮ ਸਾਹਿਬਾ ਹਨ ਪਏ ਡਾਕਟਰ ਸ਼ਾਹੀਨਾ ਕਰੀਮ ਦੇ ਵੀ ਬਹੁਤ ਸਾਰੇ ਤਾਰੁਫ ਦੇ ਪਹਿਲੂ ਹਨ ਡਾਕਟਰ ਸਾਹਿਬਾ ਗਾਇਨਾਕੋਲੋਜਿਸਟ ਵੀ ਹਨ ਇਹ ਵੇਲੇ ਮੈਂਬਰ ਪੰਜਾਬ ਅਸੈਂਬਲੀ ਵੀ ਹੈ ਉਹਦੇ ਨਾਲ ਨਾਲ ਦੋਹੇ ਡਾਕਟਰਸ ਵਿੱਚ ਇੱਕ ਜਿਹੜਾ ਕਾਮਨ ਚੀਜ਼ ਦੇਦਾ ਪਿਆ ਹਾਂ ਕਿ ਦੋਹੇ ਸ਼ਾਇਰਾ ਵੀ ਅਤੇ ਇਹਨਾਂ ਕੋਲ ਈਦ ਮੁਬਾਰਕ ਵੀ ਆਦੇ ਹੈ ਅਤੇ ਇਹਨਾਂ ਕੋਲ ਖੁਸ਼ਾਮਦੀ ਵੀ ਆਦੇ ਅਤੇ ਸਾਡੇ ਜਿਹੜੇ ਅਗਲੇ ਮਹਿਮਾਨ ਹਨ ਖਾਲਿਦ ਮਹਿਮੂਦ ਖੋਕਰ ਸਾਹਿਬ ਐਗਰੀਕਲਚਰ ਦੇ ਹਵਾਲੇ ਨਾਲ ਬੜਾ ਵੱਡਾ ਨਾਂ ਅੱਛਾ ਉਹ ਵੀ ਮੁਲਤਾਨ ਦੀ ਧਰਤੀ ਜਿਹੜੀ ਤਰ੍ਹਾਂ ਚੀਜ਼ਾਂ ਦੇ ਹਵਾਲੇ ਨਾਲ ਬੜੀ ਜਾਣੀ ਮਿਲਦੀ ਹੈ ਇੱਕ ਤਾਂ ਔਲੀਆ ਅੱਲਾ ਅੱਛਾ ਵੱਲ ਇੱਥਾਂ ਦੇ ਮਿੱਠੜੇ ਅੰਬ ਅਤੇ ਵੱਲ ਇੱਥਾਂ ਦਾ ਹਲਵਾ ਤੇ ਬਹਰਾਲ ਜੀ ਖਾਲਿਦ ਖੋਕਰ ਸਾਹਿਬ ਦਾ ਤਾਲੁਕ ਜ਼ਰਾਤ ਨਾਲ ਹੈ ਇਹਨਾਂ ਕੋਲ ਪੁੱਛੂ ਕਿ ਇਤਨੇ ਮਿੱਠੇ ਮਿੱਠੇ ਆਮ ਇਵੇਂ ਜਨਾਬ ਜਿਹੜੇ ਮੁਲਤਾਨੀ ਨਾ ਉਹ ਆਮ ਦੀ ਤਰ੍ਹਾਂ ਮਿੱਠੇ ਤੇ ਕਪਾਹ ਦੀ ਤਰ੍ਹਾਂ ਕੂਲੇ ਕੂਲੇ ਤੇ ਮਜ਼ੇਦਾਰ ਨਰਮ ਮਿਜ਼ਾਜ ਆਪਣੇ ਮਹਿਮਾਨਾਂ ਨੂੰ ਗੁਫ਼ਤਗੂ ਵਿੱਚ ਹੁਣ ਸ਼ਾਮਿਲ ਕਰੇ ਨੇ ਜੀ ਬਿਲਕੁਲ ਕਰੋ ਜਨਾਬ ਤੁਸੀਂ ਮੇਰੇ ਖਿਆਲ ਆਗਾਜ਼ ਮੈਂ ਜਨਾਬ ਇਹਨੂੰ ਪੁੱਛਾਂ ਕਿ ਮੁਸਾ ਸਾਹਿਬ ਸਾਰੇ ਕੋਲ ਤਸ਼ਰੀਫ ਗਿਨਾ ਹੈ ਕਿ ਤੁਸੀਂ ਦੱਸੇ ਤੋਂ ਕਿ ਜਿਹੜੀ ਵੱਡੀ ਈਦ ਹੈ ਤੇ ਇਹਦੇ ਜਿਹੜੀ ਕੁਰਬਾਨੀ ਦਾ ਇੱਕ ਫਲਸਫਾ ਹੈ ਤੇ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕੀ ਆਦੇ ਹੋ ਕਿਵੇਂ ਦੇਦੇ ਹੋ ਇਹ ਕੋ ਦੇਖੋ ਈਦ ਇੱਕ ਬੇਸਿਕਲੀ ਦਾ ਸਾਡੇ ਵਾਸਤੇ ਮੁਸਲਮਾਨਾਂ ਵਾਸਤੇ ਇੱਕ ਖੁਸ਼ੀ ਦਾ ਮੌਕਾ ਹੈ ਲੇਕਿਨ ਸਾਕੂ ਇਹਦੇ ਵਿੱਚੋਂ ਜਿਹੜਾ ਕਰਕਸ ਹੈ ਉਹਨੂੰ ਅਖਸ ਕਰਨ ਵਾਸਤੇ ਸਾਕੂ ਇਹ ਇਹਦੀ ਪਿੱਛੋਂ ਵਹਿਣਾ ਪਉਂਦੀ ਕਿ ਇਹਦੀ ਕੁਰਬਾਨੀ ਜਿਹੜੀ ਹੈ ਅਸਾਂ ਸਮਝਦੇ ਹਾਂ ਬਾਲ ਆਉਂਦੇ ਆਸੇ ਅਤੇ ਬੱਕਰੇ ਆ ਵੇਂਦੇ ਆਸੇ ਅਸਾਂ ਖੁਸ਼ ਥੀ ਵੇਂਦੇ ਆਸੇ ਬੱਕਰਿਆਂ ਦੇ ਉੱਤੇ ਚੜ੍ਹ ਗਿਆ ਉਹਨਾਂ ਨੂੰ ਖਿਲਾਵਣਾ ਉਹਨਾਂ ਨਾਲ ਬੜੀ ਖੁਸ਼ੀ ਥੀਂਦੀ ਹੈ ਜਿਵੇਂ ਬੱਕਰੇ ਆਉਂਦੇ ਆ ਲੇਕਿਨ ਜਿਵੇਂ ਜਿਵੇਂ ਵੱਡੇ ਥੇ ਸਾਕੂ ਪਤਾ ਲੱਗਾ ਕਿ ਇਹਦੀ ਬੇਸਿਕਲੀ ਅਸਾਂ ਅੱਲਾ ਤਾਲਾ ਕੋ ਉਸ ਬੱਕਰੇ ਦਾ ਖੂਨ ਨਹੀਂ ਚਾਹੀਦਾ ਲੇਕਿਨ ਸਾਕੂ ਜਿਹੜੀ ਉਹਦੇ ਪਿੱਛੋਂ ਕੁਰਬਾਨੀ ਹੈ ਸਾਡੀ ਨਫਸ ਦੀ ਕੁਰਬਾਨੀ ਸਾਡੀ ਪਿਆਰੀ ਚੀਜ਼ ਦੀ ਕੁਰਬਾਨੀ ਜੀ ਕਿਉਂਕਿ ਅਸਾਂ ਉਹ ਇਹ ਸੁਨਤ ਹੀ ਹੈ ਕਿ ਤੁਸੀਂ ਬੱਕਰਾ ਪਾਲੋ ਉਹਦੀ ਖਿਦਮਤ ਕਰੋ ਵਾਲੂ ਕੋ ਕੁਰਬਾਨ ਕਰੋ ਅਤੇ ਸਾਕੂ ਇਹ ਮੈਸੇਜ ਦੇਣਾ ਚਾਹੀਦਾ ਹੈ ਕਿ ਅਸਾਂ ਜਿਹੜੀ ਚੀਜ਼ ਸਾਕੂ ਪਿਆਰੀ ਹੈ ਅਸਾਂ ਉਹਨੂੰ ਵੀ ਅੱਲਾ ਦੀ ਰਾਹ ਵਾਸਤੇ ਕੁਰਬਾਨ ਕਰਨਾ ਚਾਹੁੰਦੇ ਹਾਂ ਔਰ ਸਭ ਤੋਂ ਇੰਪੋਰਟੈਂਟ ਚੀਜ਼ ਮੈਂ ਸਮਝਣਾ ਕਿ ਉਹ ਇਨਸਾਨ ਸਭ ਤੋਂ ਪਿਆਰਾ ਆਪਣਾ ਨਫਸ ਹੈ ਅਤੇ ਸਾਕੂ ਉਹਨੂੰ ਮਾਰਨਾ ਪਊ ਸੀ ਅਤੇ ਉਹਦੀ ਕੁਰਬਾਨੀ ਸਭ ਤੋਂ ਅਫਜ਼ਲ ਕੁਰਬਾਨੀ ਹੈ ਬੇਸ਼ੱਕ ਅਤੇ ਮੈਂ ਆਈ ਥਿੰਕ ਦਿਸ ਇਜ਼
ਇਹ ਸਭ ਤੋਂ ਇੰਪੋਰਟੈਂਟ ਮੈਸੇਜ ਹੈ, ਇਹ ਸਭ ਤੋਂ ਇੰਪੋਰਟੈਂਟ ਮੈਸੇਜ ਹੈ ਇਸ ਈਦ ਦਾ। ਔਰ ਪਾਕਿਸਤਾਨੀਆਂ ਕੋ, ਬੈਰੂਨੇ ਮੁਲਕ ਪਾਕਿਸਤਾਨੀਆਂ ਕੋ, ਤਮਾਮ ਆਲਮ ਇਸਲਾਮ ਵਾਲਿਆਂ ਕੋ ਸਾਡੀ ਤਰਫੋਂ ਈਦ ਮੁਬਾਰਕ। ਬਾਲ ਹੁੰਦੇ ਈਦ ਕੋ ਜ਼ਿਆਦਾ ਇੰਜੋਏ ਕਰਿੰਦੇ ਆਵੇ ਜਾਂ ਹੁਣ ਪਬਲਿਕ ਫਿਗਰ ਬਣ ਕੇ, ਸਿਆਸਤਦਾਨ ਬਣ ਕੇ ਹੁਣ ਜ਼ਿਆਦਾ ਮਜ਼ਾ ਆਉਂਦੇ? ਦੇਖੋ ਈਦ ਤਾਂ ਮੈਂ ਸਮਝਦਾ ਕਿ ਬਾਲਾਂ ਦੀ ਹੈ, ਇੰਜੋਇਮੈਂਟ ਡਿਠਾ ਮੰਜ ਤਾਂ। ਔਰ ਲੇਕਿਨ ਮੈਂ ਤਾਂ ਬਈ ਗੱਲ ਹੀ ਦੱਸਾਂ ਕਿ ਕੋਈ ਐਸੀ ਈਦ ਨਹੀਂ ਜਿਹੜੀ ਮੈਨੂੰ ਯਾਦ ਹੋਵੇ ਬਚਪਨ ਵਿੱਚ ਕਿ ਮੈਂ ਆਪਣੇ ਵਾਲਿਦ ਸਾਹਿਬ ਨਾਲ ਕੀਤੀ ਹੋਵੇ। ਉਹ ਹਰ ਈਦ 'ਤੇ ਉਹ ਆਪਣੇ ਇਲਾਕੇ ਦੇ ਲੋਕਾਂ ਨਾਲ, ਔਰ ਅੱਜ ਅਸੀਂ ਇਹ ਕਰਦੇ ਹਾਂ, ਅਸਾਂ ਆਪਣੇ ਬਾਲਾਂ ਨਾਲ ਤੀਜੀ ਦੀਵਾਰ ਈਦ ਵੇਂਦੇ ਹਾਂ ਉਹਨਾਂ ਦੇ ਕੋਲ, ਪਹਿਲੇ ਡੂਡੀ ਅਸਾਂ ਇਲਾਕੇ ਦੇ ਵਿੱਚ ਆਪਣੇ ਲੋਕਾਂ ਨਾਲ ਈਦ ਕਰਦੇ ਹਾਂ। ਵਾਲੇ ਰਸੋ ਇਹ ਤਾਂ ਖਿਦਮਤ ਦੇ ਖਲਕ ਵੀ ਥੀ ਗਏ, ਸਭ ਦੇ ਦੁੱਖ ਸੁੱਖ ਵੰਡਾਵਣੇ, ਇਹ ਤਾਂ ਇਟਸ ਅ ਪਾਰਟ ਆਫ ਪੋਲਿਟਿਕਸ। ਤੇ ਰਸੋ ਕਿ ਮੁਸਲਮਾਨ ਕਿ ਖਾਂਦੇ ਕਿਉਂ ਹੋ, ਵਲ ਰੋਟੀ ਕਿਤਾ ਖਾਂਦੇ ਹੋ, ਗੋਸ਼ ਕਿਹੜੇ ਵੇਲੇ ਖਾਂਦੇ ਹੋ, ਕਿਹੜਾ ਹਿੱਸਾ ਜਿਹੜਾ ਹੈ ਨਾ ਉਹ ਕਿਤੇ ਵੰਦੇ ਵਾਲ ਇਹ ਤੇ ਗੋਸ਼ ਦਾ ਇਤਨਾ ਉਥੀ ਵੰਦਾ ਹੈ, ਜ਼ਿਆਦਾ ਇਤਨਾ ਜ਼ਿਆਦਾ ਐਕਸੈਸ ਥੀ ਵੰਦਾ ਕਿ ਉਹਲੇ ਬੰਦਾ ਆਦਾ ਕਿ ਮੈਂ ਸਬਜ਼ੀ ਖਾਵਾਂ। ਲੇਕਿਨ ਲੇਕਿਨ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਅਸਾਂ ਮਿੱਸਾ ਜਿਹੜਾ ਹੁੰਦਾ ਹੈ ਉਹਦੀ ਕਲੇਜੀ ਦਾ, ਉਹ ਬੜਾ ਇਟਸ ਅ ਮਸਟ, ਉਹ ਪਕਣਾ ਚਾਹੀਦਾ ਹੈ। ਔਰ ਉਹ ਜਿਹੜਾ ਹੁੰਦਾ ਉਹ ਉਹਦੇ ਹੱਥੇ ਉਹ ਬੜੇ ਸ਼ੌਕ ਨਾਲ ਖਾਂਦੇ ਆ। ਬੜੀ ਪਸੰਦ ਹੈ। ਨਜਮਾ ਬੀਬੀ ਤੁਸੀਂ ਵੀ ਸਾਕੂ ਦੱਸੋ ਕਿ ਜਿਹੜੀ ਕੁਰਬਾਨੀ ਦੀ ਫਿਲਾਸਫੀ ਹੈ ਤੁਹਾਡਾ, ਉਹਦੇ ਬਾਰੇ ਕੀ ਕਨਸੈਪਟ ਹੈ? ਜ਼ਾਹਿਰ ਜਿੰਗਾਲੇ ਪਹਿਲੇ ਨਫਸ ਦੀ ਕੁਰਬਾਨੀ ਆ ਜੀ। ਕੁਰਬਾਨੀ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਦੀ, ਉਹਨਾਂ ਦੀ ਕੁਰਬਾਨੀ ਦਾ ਫਿਲਾਸਫੀ ਹੈ ਉਹੀ ਹੋਏ ਕਿ ਇਹ ਨਾ ਹੈ ਕਿ ਵਾਕਈ ਅੱਲਾਹ ਤਾਲਾ ਕੋ ਸਿਰਫ ਇੱਕ ਖੂਨ ਦੀ ਕਹੀਂ ਦੀ ਜ਼ਰੂਰਤ ਹੈ ਜਾਂ ਇਹ ਕਿ ਇਹੋ ਕਰਨੇ ਹੈ, ਬਲਕਿ ਇਹ ਚੀਜ਼ ਸ਼ੋਅ ਕਰਨੀ ਹੈ ਕਿ ਅਸਾਂ ਆਪਣੀ ਜਿਹੜੀ ਪਿਆਰੀ ਕੋਲੋਂ ਪਿਆਰੀ ਸ਼ੈ ਵੀ ਹੈ ਨਾ, ਕਿ ਅਸਾਂ ਅੱਲਾਹ ਤਾਲਾ ਦੀ ਰਾਹ ਵਿੱਚ ਉਹਦਾ ਹੁਕਮ ਹੀ ਹੈ। ਹਾਂਜੀ, ਉਹ ਹੱਕ ਹੈ, ਉਹਦਾ ਹੁਕਮ ਹੈ, ਜਿਹੜਾ ਉਹਦਾ ਹੁਕਮ ਹੈ ਉਹ ਅਸਾਂ ਹਰ ਸੂਰਤ ਵਿੱਚ ਮੰਨਣਾ ਹੈ। ਬਿਲਕੁਲ ਸਹੀ ਆਦੀ ਵਾਲੀ ਜੀ, ਬੱਚਿਆਂ ਕੋਈ ਕਨਸੈਪਟ ਹੁੰਦਾ ਕਿ ਬੱਕਰਾ ਸਾਕੂ ਕਿਉਂ ਪਿਆਰਾ ਹੈ, ਮੈਂ ਦੀ ਜੀ ਬੱਕਰੇ ਦੇ ਵਾਸਤੇ ਸਾ ਪੈਸੇ ਦੇਨੇ ਹੈ, ਨੂੰ ਜਾੜੇ ਤੱਕ ਬਾਲ ਰੱਖਦੇ ਨੇ ਬੱਚੇ ਕੋ, ਠੀਕ ਹੈ, ਤਰੀ ਚ ਜਾੜੇ ਆਦਾ ਨਹੀਂ ਕੋ ਕੁਰਬਾਨ ਨਾ ਕਰੋ, ਠੀਕ ਹੈ ਨਾ, ਕਿ ਉਹ ਇਤਨਾ ਐਪੀਲੇਸ਼ਨ ਥੀ ਵੇਂਦੀ ਉਹਨਾਂ ਨਾਲ ਕਿ ਉਹ ਬੱਚੇ ਚਾਹੁੰਦਨ ਕਿ ਉਹ ਜ਼ਿੰਦਾ ਰਹਿ ਵਿਣੇ, ਔਰ ਜਿਨ੍ਹਾਂ ਦੀ ਆਪਣੀ ਔਲਾਦ ਹੈ ਕਿ ਉਹ ਆਪਣੀ ਔਲਾਦ ਕੋ ਅੱਲਾਹ ਤਾਲਾ ਦੀ ਰਾਹ ਵਿੱਚ ਵਿਛੇਂਦੇ ਪੈਣ, ਔਰ ਉਹਦੇ ਉੱਤੇ ਹਜ਼ਰਤ ਹਾਜ ਰੱਖੇ, ਯਾਨੀ ਜਿਨ੍ਹਾਂ ਸਾਰੀ ਜ਼ਿੰਦਗੀ ਇੱਕ ਸਹਿਰਾ ਵਿੱਚ ਪਾਲੇ, ਔਰ ਉਹਦੇ ਬਾਅਦ ਆ ਕੋਲੋਂ ਉਹਨੇ ਦਾ ਹਸਬੈਂਡ ਉਹਨੇ ਕੋਲੋਂ ਮੰਗਦੇ ਆ, ਠੀਕ ਹੈ, ਉਹ ਬੱਚੇ ਦੀ ਕੁਰਬਾਨੀ ਮੰਗਦੇ, ਔਰ ਉਹ ਮਾਂ ਡੇ ਦਿੰਦੀ ਅੱਲਾ ਪਾਕ ਦੀ ਰਾਹ ਵਿੱਚ, ਉਹ ਕੇ ਜੀ ਮਾਂ ਹੈ, ਮਾਂ ਵੀ ਦੇ ਦਿੰਦੀ ਤੇ ਬੇਟਾ ਕਿਸੇ ਹੈ, ਪੁੱਤਰ ਕਿਸੇ ਹੈ ਕਿ ਜਿਹੜਾ ਆਦੇ ਕਿ ਅਗਰ ਅੱਲਾ ਸਹੀ ਫਰਮਾਏ ਤਾਂ ਮੈਂ ਜ਼ਰੂਰ ਮੇ ਕੋ ਤੁਸਾਂ ਘਰ ਛੋੜ। ਤੁਸਾਂ ਉੱਥੇ ਦੇਖੋ ਨਾ, ਇੱਕ ਔਲਾਦ ਦੇ ਲਿਹਾਜ਼ ਨਾਲ ਜੀ, ਵਾਲਦੈਨ ਦੇ ਲਿਹਾਜ਼ ਨਾਲ, ਇੱਕ ਮਦਰ ਦੇ ਲਿਹਾਜ਼ ਨਾਲ, ਮੈਂ ਖੁਦ ਮਾਂ ਮੈਂ ਸੋਚਦੀ ਹਾਂ, ਬਲਕਿ ਬਾਜ਼ਕਤ ਮੈਂ ਦੁਆ ਜੋ ਕਰੇਂਦੀ ਹਾਂ ਨਾ, ਮੈਂ ਆਦੀ ਅੱਲਾ ਪਾਕ ਆਪਣੇ ਤੇ ਮੇਰੇ ਦਰਮਿਆਨ ਨਾ ਔਲਾਦ ਆਲਾ ਇਹ ਹੀ ਹੋਣਾ ਸੀ, ਅਜ਼ਮਾਇਸ਼ ਨਾ ਪਾਵੇ, ਇਹ ਅਜ਼ਮਾਇਸ਼ ਨਾ ਸੀ, ਵੈਰੀ ਰਾਈਟ, ਠੀਕ ਹੈ ਨਾ, ਬਿਲਕੁਲ ਠੀਕ ਹੈ, ਉਹ ਕਿੰਚੀ ਮਾਂ ਹਨ, ਮੈਂ ਸੋਚ ਕੋਲ ਹੀ ਕੁਛ ਅਥੀ ਨੇ ਕਿ ਜਿਨ੍ਹਾਂ ਨੇ ਅੱਲਾ ਦੀ ਖਾਤਰ ਜਿਹੜਾ ਨਾ ਆਪਣੀ ਹੱਥ ਛੱਡਿਆ। ਡਾਕਟਰ ਸਾਹਿਬ ਜੀ, ਇਹ ਦੱਸੋ ਕਿ ਕੁਕਿੰਗ ਨਾਲ ਵੀ ਦਿਲਚਸਪੀ ਹੈ? ਅਲਹਮਦੁਲਿਲਾ, ਕੀ ਪਕਾ ਕੇ ਹੋਇਆ ਅੱਜ ਦੀ ਗਵਾਹ ਬੈਠਣ? ਮੇਰੇ ਬੱਚੇ ਯਾ ਘਰ ਯਾ ਮੈਂ ਖੁਦ ਵੀ ਨਾ, ਕਿ ਪਹਿਲੇ ਜਾੜੇ ਜਿਵੇਂ ਗੋਸ਼ਤ ਥੀਂਦੇ ਤਾਜ਼ਾ ਤਾਜ਼ਾ ਗੋਸ਼ਤ ਨਾ, ਨਮਕੀਨ ਜੀ ਜੀ ਨਮਕੀਨ ਮੈਂ ਨਮਕੀਨ ਬਣਾ ਦਿੰਦੀ ਹਾਂ, ਉਹਨਾਂ ਨੇ ਬੜਾ ਰਾਜ ਕੋਲੋਂ ਖਾ ਗਿਆ, ਕਲੇਜੀ ਦਾ ਵੀ ਥੋੜਾ ਬਹੁਤ ਕੋਈ ਚਸਕਾ ਰੱਖਦੇ, ਲੇਕਿਨ ਅਕਸਰ ਜੋ ਹੈ ਨਾ ਨਮਕੀਨ ਖਾ ਗਏ। ਡਾਕਟਰ ਸ਼ਾਹੀਨਾ ਕਰੀਮ ਸਾਹਿਬਾ, ਜਿਹੜੇ ਵੇਲੇ ਤੂੰ ਪੋਲਿਟਿਕਸ ਵਿੱਚ ਆਏ ਹੋ, ਪਬਲਿਕ ਨਾਲ ਇੱਕ ਵਾਸਤਾ, ਹੁਣ ਕਿਆ ਘਰ ਆਪਣਾ ਪ੍ਰੋਫੈਸ਼ਨ, ਇਹ ਈਦਾਂ ਦੇ ਇਵੈਂਟਸ ਕਿਵੇਂ ਮੈਨੇਜ ਕੀਤੇ ਜੀ? ਬਿਸਮਿਲ੍ਲਾਹ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਈਦ ਮੁਬਾਰਕ ਤੁਹਾਨੂੰ ਵੀ, ਬਹੁਤ ਸਾਰੀ ਦਿੱਲੀ ਤੇ ਤਮਾਮ ਨਾਜ਼ਰੀਨ ਕੋ ਵੀ ਈਦ ਦੀਆਂ ਖੁਸ਼ੀਆਂ, ਸਾਡੇ ਪੂਰੇ ਪਾਕਿਸਤਾਨ ਕੋ, ਪੂਰੀ ਦੁਨੀਆਂ 'ਚ ਮੁਸਲਮਾਨਾਂ ਕੋ ਮੁਬਾਰਕ ਹੋਵੇ। ਇੰਤਹਾਈ ਖੁਸ਼ੀ ਨਾਲ ਈਦ ਮਨਾਉਂਦੇ, ਅਸੀਂ ਬਚਪਨ ਦੇ ਤਾਂ ਖੈਰ ਗੱਲ ਹੀ ਬਿਆ ਹਨ ਕਿ ਰਾਤ ਨੂੰ ਉੱਠੀ ਉੱਠੀ ਕੇ ਨਾ ਆਪਣੇ ਕੱਪੜੇ ਤੇ ਆਪਣੇ ਜੁੱਤਿਆਂ ਦੇ ਦਿਆਸੇ, ਕਿੱਥੇ ਗੁੰਮ ਨਾ ਥੀ ਵਜਨ, ਸਵੇਰੇ ਸਪਾਸ ਇੱਕ ਸੂਨਾ ਪੈਸੂ ਦੇਖ ਦੇਖ ਕੇ ਖੁਸ਼ ਥੀਂਦੇ ਸੇ, ਉਹ ਖੁਸ਼ੀਆਂ ਆਪਣੀ ਜਾਤੇ ਹਨ। ਅੱਛਾ, ਵਕਤ ਦੇ ਨਾਲ ਨਾਲ ਹਰ ਖੁਸ਼ੀ ਦਾ ਰੰਗ ਬਦਲਦਾ ਗਏ, ਹੁਣ ਬਾਲੇ ਨਾ ਖੁਸ਼ੀਆਂ ਦੇਖ ਕੇ ਖੁਸ਼ ਥੀਂਦੇ ਸੇ, ਆਪਣੇ ਇਰਦ ਗਿਰਦ ਲੋਕਾਂ ਨੇ ਖੁਸ਼ੀਆਂ ਦੇਖ ਕੇ ਖੁਸ਼ ਥੀਂਦੇ ਸੇ, ਔਰ ਸਿਆਸਤ ਦੇ ਹਵਾਲੇ ਨਾਲ ਇਹ ਕਿ ਮੇਰੇ ਮੀਆਂ ਬਹੁਤ ਜ਼ਿਆਦਾ ਸਿਆਸਤ ਕੋ ਪਸੰਦ ਨਹੀਂ ਕਰਦੇ, ਬਲਕਿ ਉਹ ਮੁੰਤਜ਼ਰ ਹਨ ਕਿ ਕਿਹੜੇ ਜਿਹੜੇ ਸਿਆਸਤ ਕੋਲੋਂ ਥੱਕ ਸੀ ਅਤੇ ਸਿਆਸਤ ਕੋਲੋਂ ਰਿਟਾਇਰ ਥੀ ਸੀ। ਅੱਲਾ ਦੀ ਰਾਹ ਤੇ ਕਰੇ ਨੀ ਪਈ ਹੈ, ਇਹ ਆਖਰੀ ਸਾਸ ਤੱਕ ਕਰੇ ਸੀ ਵਧੀ, ਲੇਕਿਨ ਇਹਦੇ ਬਾਵਜੂਦ
ਮੈਂ ਇੱਕ ਅੱਛੀ ਬੀਵੀ ਦੀ ਤਰ੍ਹਾਂ ਇੱਕ ਅੱਛੀ ਮਾਂ ਦੀ ਤਰ੍ਹਾਂ ਉਹਨਾਂ ਕੋ ਪੂਰਾ ਟਾਈਮ ਦਿੰਦੀ ਹਾਂ। ਈਦ ਦਾ ਪਹਿਲਾ ਦਿਨ ਤੇ ਮੇਰਾ ਹੁੰਦਾ ਕਿ ਆਪਣੇ ਬਾਲੇ ਨਾਲ ਹੁਣ ਜਿਹੜੇ ਮੈਂ ਆਪਣੀ ਸਿਆਸੀ ਸਾਰੇ ਸਰਗਰਮੀਆਂ ਹੁਣ ਜਿਹੜੇ ਮੁਅੱਤਲ ਹੁੰਦੀਆਂ ਜਿਹੜਾ ਨੈਕਸਟ ਡੇ ਹੈ ਉਹ ਵੀ ਈਦ ਦਾ ਨਹੀਂ ਹੁੰਦੇ ਤੇ ਉਹ ਵੱਲ ਜਿਹੜਾ ਆਪਣੇ ਸਾਰੇ ਹਵਾਲੇ ਨਾਲ। ਅੱਛਾ ਤੇ ਈਦ ਵਾਲੀ ਕੋਈ ਪੇਸ਼ੈਂਟ ਆਵੇ ਤਾਂ ਤੁਸੀਂ ਹੁਣ ਐਮਪੀ ਆਉਣ ਦੇ ਨਾਲ ਨਾਲ ਡਾਕਟਰੀ ਕੋ ਜਾਰੀ ਰੱਖੀ ਵਦੇ ਹੋ? ਮੈਂ ਆਪਣੇ ਘਰ ਦੇ ਥੋੜੇ ਕੰਮ ਘਟ ਕਰ ਦਿੱਤੇ ਨੇ, ਮੈਂ ਆਪਣਾ ਪਰਸਨਲ ਜਿਹੜਾ ਆਪਣਾ ਖੁਸ਼ੀਆਂ ਉਹਨੇ ਤੋਂ ਘਟਾ ਦਿੱਤੇ, ਲੇਕਿਨ ਪੇਸ਼ੈਂਟ ਮੈਂ ਦੇ ਦੀਆਂ। ਈਦ ਦਾ ਨਹੀਂ ਆਉਂਦੇ ਜਨਾਬ, ਈਦੂ ਖਾਨ ਅੰਦਨ ਈਦਨ ਮਈ ਹੁੰਦੀ ਹੈ ਜਿਹੜੇ, ਤੇ ਉਹ ਵੀ ਮਾਸ਼ਾਅੱਲਾ ਨਾਲ ਨਾਲ ਚੱਲਦਾ ਰਹਿੰਦੇ। ਦੇਖੋ ਥੀਂਦਾ ਹੈ ਕਿ ਈਦ ਦੇ ਮੌਕੇ ਤੇ ਵੀ ਪੇਸ਼ੈਂਟਸ ਆਉਂਦੇ ਰਹਿੰਦੇ, ਕਿਉਂਕਿ ਦੇਖੋ ਡਿਲੀਵਰੀ ਵਾਲੇ ਦੀ ਕੋਈ ਛੁੱਟੀ ਨਹੀਂ ਹੁੰਦੀ ਨਾ। ਉਹ ਜਿਵੇਂ ਲਤੀਫਾ ਹੈ ਕਿ ਇੱਕ ਬੱਚੇ ਨੇ ਆ ਕੇ ਮੈਂ ਸੰਡੇ ਕੋ ਪੈਦਾ ਥਿਆ ਤੇ ਦੋਸਤ ਨੇ ਆ ਕੇ ਯਾਰ ਚੱਲ ਬਸ ਕਰ ਤੂੰ ਉਸ ਦਿਨ ਤਾਂ ਛੁੱਟੀ ਹੁੰਦੀ ਹੈ, ਛੁੱਟੀ ਕਹਿ ਨਹੀਂ ਹੁੰਦੀ ਇਹਦੇ ਚ, ਸਾਡੇ ਮਟਰਨਿਟੀ ਦੇ ਕੰਮ ਵਿੱਚ ਤੇ ਖਾਸ ਤੌਰ ਤੇ ਛੁੱਟੀ ਕਹਿੰਦੇ ਨੇ। ਡਾਕਟਰ ਦੀ ਨਾ ਨਾ ਤੇ ਛੁੱਟੀ ਹੁੰਦੀ ਹੈ ਨਾ ਕੋਈ ਵੀ ਛੁੱਟੀ ਹੁੰਦੀ। ਦੇਖਿਓ ਜੀ ਸਪੈਸ਼ਲੀ ਗਾਣੀ ਵਾਲੇ ਔਰ ਮੇਰੇ ਪਾਲੇ ਕੁਝ ਕੇ ਪਸੰਦ ਹੈ, ਮਿੱਠਾ ਕੁਝ ਮੇਰੇ ਹੱਥ ਦਾ ਬਣਿਆ ਹੋਇਆ ਨਾ ਖਾਸ ਕੁਝ, ਉਹ ਇੱਕ ਰਾਤ ਪਹਿਲੇ ਹੁੰਦੇ ਵਾਸਤੇ ਬਣਦੇ ਨੇ। ਕੁਰਬਾਨ ਦੇ ਵੀ ਪਹਿਲੇ ਮਿੱਠਾ ਬਣਦੇ ਜੀ ਆ, ਰਾਤ ਕੋ ਬਣਦੇ ਨੇ। ਮਿੱਠਾ ਕਿਉਂ ਹੁੰਦੇ ਮੇਰੇ ਕੋ ਖੁਦ ਬੜਾ ਪਸੰਦ ਜੀ ਆ, ਔਰ ਰਾਤ ਕੋ ਜਨਾਬ ਇੱਕ ਫਰੂਟ ਟ੍ਰਾਈਫਲ ਮੇਰੇ ਬਾਲੇ ਕੋ ਬੜੀ ਪਸੰਦ ਹੈ, ਮੇਰੇ ਹੱਥ ਦੀ ਬਣੀ ਹੋਈ। ਅੱਛਾ, ਉਹਦੇ ਇਲਾਵਾ ਵਾਲਨਟ ਟੌਫੀ ਤੇ ਸ਼ਾਹੀ ਟੁਕੜੇ। ਅੱਛਾ ਵਾਹ, ਉਹ ਤੇ ਜਨਾਬ ਉਹ ਜ਼ਿਆਦਾ ਬਣਦੇ ਨੇ ਔਰ ਉਹ ਪੂਰੀ ਫੈਮਿਲੀ ਵਿੱਚ ਵੰਡੀ ਦਿੰਦੇ ਨੇ। ਮਾਸ਼ਾਅੱਲਾ। ਖਾਲਿਦ ਹੋਗਰ ਸਾਹਿਬ, ਸਾਡੀ ਜਿਹੜੇ ਈਦਾਂ ਹਨ, ਤਿਉਹਾਰ ਹਨ, ਇਹ ਸਾਡੀ ਸਾਰੀ ਜੀ ਗੱਲ ਹੈ ਕਿ ਸਾਡੀ ਸ਼ਨਾਖਤ ਵੀ ਹਨ, ਸਕਾਫਤੀ ਮਜ਼ਹਬੀ ਸਕਾਫਤ ਦੀ ਅਲਾਮਤ ਹਨ ਪਏ। ਅੱਛਾ, ਬਹੁਤ ਸਾਰੇ ਮਾਸ਼ਾਅੱਲਾ ਈਦਾਂ ਦੇਖ ਚੁੱਕੇ ਹੋ, ਇਨਸ਼ਾਅੱਲਾ ਬਹੁਤ ਸਾਰੇ ਮੈਂ ਵੀ ਦੇਖ ਸਕ, ਕੋਈ ਫਰਕ ਮਹਿਸੂਸ ਕਰਦੇ ਹੋ ਆਪਣੇ ਛੋਟੇ ਲਾ ਦੀ ਈਦਾਂ 'ਚ ਅਤੇ ਅੱਜ ਦੀ ਈਦਾਂ 'ਚ? ਦੇਖੋ ਜੀ, ਜਿਹੜੀ ਸਾਡੇ ਬਚਪਨ ਦੀ ਈਦ ਆਈ ਨਾ ਜੀ, ਉਸ ਈਦ 'ਤੇ ਇਸ ਈਦ ਦਾ ਕੋਈ ਮੁਕਾਬਲਾ ਹੀ ਕੋਈ ਨਹੀਂ। ਉਸ ਵਕਤ ਜਿਸ ਤਰ੍ਹਾਂ ਪਹਿਲੇ ਫਰਮਾ ਰਹੀ ਹਨ ਮੈਡਮ ਕਿ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਖੁਸ਼ੀ ਤੋਂ, ਔਰ ਇੱਕ ਮਹੀਨਾ ਪਹਿਲੇ ਕੱਪੜੇ ਲੈਣ ਦੀ ਤਿਆਰੀ ਕਰਨਾ, ਹੁਣ ਉਹ ਚੀਜ਼ਾਂ ਉਹ ਖਾਹਿਸ਼ਾਂ ਵੀ ਖਤਮ ਹੋ ਗਈਆਂ। ਹੁਣ ਅੱਜ ਤਾਂ ਅਸਾਂ ਬਾਕੀ ਲੋਕਾਂ ਦਾ ਸੋਚਣਾ ਹੁੰਦਾ, ਆਪਣੇ ਬੱਚਿਆਂ ਦਾ ਸੋਚਣਾ ਹੁੰਦਾ, ਬਾਕੀ ਫੈਮਿਲੀ ਦਾ ਸੋਚਣਾ ਹੁੰਦਾ, ਇਲਾਕੇ ਦੇ ਜਿਹੜੇ ਗਰੀਬ ਲੋਕਾਂ ਦਾ ਸੋਚਣਾ ਹੁੰਦਾ। ਯਾਨੀ ਮੇਰੀ ਕੋਈ ਈਦ ਨਹੀਂ ਜਿਹੜੀ ਮੈਂ ਆਪਣੇ ਗਾਉਂ ਜਾ ਕੇ ਨਾ ਕਰਾਂ। ਠੀਕ ਹੈ, ਅਗਰ ਮੈਂ ਬਾਹਰ ਜਾ ਕੇ ਈਦ ਕਰਾਂਗਾ ਮੈਨੂੰ ਉਹ ਈਦ ਨਹੀਂ ਲੱਗੇਗੀ। ਆਪਣੇ ਗਾਉਂ ਦੇ ਵਿੱਚ ਜਿਹੜੇ ਵਸੇਬ ਦੇ ਪੁਰਾਣੇ ਲੋਕ ਹਨ ਪਏ, ਉਹਨਾਂ ਨਾਲ ਮਿਲ ਕੇ ਇੱਕ ਖਾਸ ਕਿਸਮ ਦਾ ਜਜ਼ਬਾ, ਯਾਨੀ ਮੈਂ ਉਹ ਆਪਣੇ ਜਜ਼ਬਾ ਦਾ ਲਫ਼ਜ਼ ਇਹਤਾ ਕਰਕੇ ਦਿਲਾ ਸਕਦਾ ਕਿ ਉੱਥੇ ਕਿਤਨੀ ਉਹਨਾਂ ਲੋਕਾਂ ਨਾਲ ਖੁਸ਼ੀ ਹੁੰਦੀ ਹੈ ਔਰ ਉਹ ਕਿਸ ਤਰੀਕੇ ਨਾਲ ਲੋਕ ਵੈਲਕਮ ਕਰਦੇ ਨੇ। ਜੀ, ਔਰ ਕਿਉਂਕਿ ਮੇਰਾ ਇੱਕ ਬੇਸਿਕਲੀ ਜ਼ਰਾਤ ਨਾਲ ਤਾਲਕ ਹੈ, ਮੈਂ ਗਾਉਂ ਨਾਲ ਜ਼ਿਆਦਾ ਮੈਂ ਮੁਨਸਲਿਕ ਰਹਿਣਾ, ਯਾਨੀ ਕਿ ਜ਼ਮੀਨ ਨਾਲ ਜੁੜੇ ਹੋਏ ਹਾਂ ਜ਼ਿਆਦਾ, ਅਤੇ ਆਪਣੇ ਗਾਉਂ ਜਾਣਾ, ਮੁਖਤਲਿਫ ਲੋਕਾਂ ਨੂੰ ਮਿਲਣਾ, ਉਹਨਾਂ ਦੇ ਮਸਾਇਲ ਉਸ ਦਿਨ, ਯਾਨੀ ਕਿ ਸਾਡਾ ਉਸ ਦਿਨ ਵੀ ਕੰਮ ਚੱਲਦਾ ਰਹਿੰਦਾ, ਲੋਕਾਂ ਨਾਲ ਮੁਲਾਕਾਤ ਦੇ ਰਹੇ ਅਤੇ ਲੋਕ ਆ ਰਹੇ ਨੇ ਜਾ ਰਹੇ ਨੇ, ਸਾਰਾ ਦਿਨ ਇਸ ਤਰ੍ਹਾਂ ਦੇ ਨਾਲ ਖਾਣਾ ਵੀ ਉੱਥੇ ਹੀ ਖਾਣਾ, ਸਭ ਲੋਕਾਂ ਦੇ ਇਕੱਠੇ ਖਾਣਾ ਖਾਣਾ, ਯਾਨੀ ਕਿ ਉਹਦਾ ਇੱਕ ਆਪਣਾ ਮਜ਼ਾ ਜੀ ਉੱਥੇ ਜਾ ਕੇ, ਔਰ ਉੱਥੇ ਜਾ ਕੇ ਜਿਹੜੀ ਅਪਣਾਈਅਤ ਫੀਲ ਹੁੰਦੀ ਹੈ ਨਾ ਜੀ, ਉਹ ਬੇਸ਼ੱਕ ਮੈਂ ਮੁਲਤਾਨ ਸ਼ਹਿਰ ਆਪਣੇ ਘਰ ਬੈਕ ਕਰਾਂ, ਮੇਬੀ ਉਹ ਆਪਣਾ ਇਹ ਫੀਲ ਨਾ ਹੋਵੇ ਜਿਹੜੀ ਉੱਥੇ ਜਾ ਕੇ ਮਹਿਸੂਸ ਹੁੰਦੀ ਹੈ ਆਪਣੇ ਜਿਹੜੇ ਲੋਕ ਹੈ ਉਹਨਾਂ ਸਮੇਂ ਮੁਹੱਬਤ ਨਹੀਂ ਮਿਲਦੀ। ਅੱਛਾ, ਵਲ ਮਿੱਟੀ ਤੋਂ ਬੰਦਾ ਕਰੀਬ ਹੁੰਦੇ ਨਾ, ਐਗਰੀਕਲਚਰ ਨਾਲ ਤੁਸੀਂ ਵਾਪਸਤਾ ਹੋ, ਬੰਦਾ ਜ਼ਰਾਤ ਨਾਲ ਵਾਪਸਤਾ ਹੋਵੇ ਤੇ ਮਿੱਟੀ ਦੇ ਬੜਾ ਕਰੀਬ ਹੁੰਦੇ। ਸਰ ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੀ ਕਿ ਜ਼ਰਾਤ ਕਰਨ ਵਾਸਤੇ ਨਾ ਲਾਜ਼ਮੀ ਹੈ ਜੀ ਕਿ ਉੱਥੇ ਜਦ ਤੱਕ ਤੁਸੀਂ ਆਪਣੀ ਜ਼ਰਾਤ ਜਾ ਕੇ ਖੁਦ ਨਾ ਫਿਰੋ, ਖੁਦ ਜਾ ਕੇ ਨਾ ਦੇਖੋ, ਤੁਸੀਂ ਜ਼ਰਾਤ ਨਹੀਂ ਕਰ ਸਕਦੇ ਜੀ, ਉਸ ਵਕਤ ਡਿਪੈਂਡ ਨਹੀਂ ਕਰ ਸਕਦੇ। ਪ੍ਰਾਈਮ ਮਿਨਿਸਟਰ ਕੋ ਮਿਲ ਕੇ ਆਏ ਹੋ ਤੇ ਜ਼ਰਾਤ ਦੇ ਬਾਰੇ ਤੁਹਾਡੀ ਕੀ ਡਿਸਕਸ਼ਨ ਸੀ ਕਿ ਕਿਵੇਂ ਇੰਪਰੂਵ ਕਰਨੇ, ਕੀ ਕੀ ਕਰਨੇ? ਦੇਖੋ ਜੀ, ਪ੍ਰਾਈਮ ਮਿਨਿਸਟਰ ਨੂੰ ਜਿਹੜੇ ਮਿਲਣ ਦਾ, ਅਸਲ ਤਾਂ ਪ੍ਰਾਈਮ ਮਿਨਿਸਟਰ ਦਾ ਅਸਲ ਸ਼ੁਕਰੀਆ ਅਦਾ ਕਰਨ ਵਾਸਤੇ ਗਿਆ ਸੀ। ਮੈਂ ਉਸ ਵੇਲੇ ਵਜ਼ੀਰ ਆਜ਼ਮ ਸਾਹਿਬ ਨੂੰ ਮੈਂ ਲਿਖਿਆ, ਮੈਂ ਵਟਸਐਪ ਕੀਤਾ, ਮੈਨੂੰ ਫੌਰੀ ਉਹਨਾਂ ਰਿਸਪੌਂਡ ਕੀਤਾ, ਔਰ ਯਕੀਨ ਕਰ ਲਵੋ ਮੈਂ ਉਹਨਾਂ ਦਾ ਇੰਤਹਾਈ ਮਮਨੂਨ ਹਾਂ, ਕਿਉਂਕਿ ਉਸ ਵਕਤ ਸਾਡੀ ਅਸੀਂ ਅਪੋਜੀਸ਼ਨ ਨਾਲ ਵੀ ਰਾਬਤਾ ਕੀਤਾ, ਕੋਈ ਬੋਲਣ ਵਾਸਤੇ ਤਿਆਰ ਕੋਈ ਨਾ। ਪ੍ਰਾਈਮ ਮਿਨਿਸਟਰ ਨੇ ਫਿਰ ਇੰਟਰਵਿਊ ਕੀਤਾ, ਉਹ ਐਕਟ ਦੁਬਾਰਾ ਤਰਮੀਮ ਨਾਲ ਦੁਬਾਰਾ ਪੇਸ਼ ਹੋਇਆ ਔਰ ਦੁਬਾਰਾ ਪਾਸ ਹੋਇਆ ਕਾਸ਼ਕਾਰ ਦੇ ਹੱਕ ਵਿੱਚ। ਕਿਸਾਨਾਂ ਵਾਸਤੇ ਜਿਹੜਾ ਨਾ ਹੈ, ਉਸ ਵਾਸਤੇ ਉਹਨਾਂ ਦਾ ਸ਼ੁਕਰੀਆ ਅਦਾ ਕਰਨ ਵਾਸਤੇ, ਜਦ ਸ਼ੁਕਰੀਆ ਅਦਾ ਕਰਨ ਵਾਸਤੇ ਗਏ ਹਾਂ ਤੇ ਸਭ ਜਿਹੜੇ ਕਿ ਸਾਡੇ ਜਿਹੜੇ ਮਸਾਇਲ ਹਨ ਪਏ, ਅਸਾਂ ਉਸ ਤੇ ਵੀ ਡਿਸਕਸ ਕੀਤਾ, ਕਿਉਂਕਿ ਬਜਟ ਆ ਰਿਹਾ ਹੈ, ਉਹਦੇ ਚ ਮੇਨ ਚੀਜ਼ ਆਈ ਕਿ ਸਾਡੀ ਕਾਸਟ ਆਫ ਪ੍ਰੋਡਕਸ਼ਨ ਵੱਧ ਗਈ ਹੈ, ਔਰ ਦੂਸਰਾ ਇਹ ਕਿ IMF ਤੇ ਪ੍ਰੈਸ਼ਰ GST ਲੱਗ ਰਹੀ ਆਈ। ਠੀਕ, ਉਹ GST ਵਾਸਤੇ ਪ੍ਰਾਈਮ ਮਿਨਿਸਟਰ ਨੇ ਮੈਨੂੰ ਇੱਕ ਮੂੰਹ ਚ ਗੱਲ ਕਰਦੀ, ਤੁਮ ਫਿਕਰ ਨਾ ਕਰੋ। ਸਹੀ, ਉਹ ਅਲਹਮਦੁਲਿਲਾ ਉਸ ਨਾਲ ਉਸ ਤੇ ਕਾਰਬੰਦ ਰਹੇ ਉਹਨਾਂ ਲਈ। ਮੈਂ ਇਹ ਤਾਂ ਪੁੱਛਾਂ ਜਨਾਬ ਮੂਸਾ ਸੈਕਲ ਕਿ ਤੁਸੀਂ ਦੱਸੋ ਕਿ ਬਚਪਨ ਦਾ ਕੋਈ ਈਦੇ ਕੁਰਬਾਨ ਦੇ ਹਿਸਾਬ ਨਾਲ ਕੋਈ ਪਿਆਰਾ ਜਿਹਾ ਵਾਕਿਆ ਹੋਵੇ, ਕੋਈ ਸ਼ਰਾਰਤ, ਕੋਈ ਬੱਕਰਿਆਂ ਕੋਈ ਛੇੜਖਾਨੀ, ਕੋਈ ਵੀ ਵਾਕਿਆ ਜਿਹੜਾ ਤਾਂ ਕੋਈ ਯਾਦ ਹੋਵੇ, ਉਹ ਸਾਰੇ ਦੇਖਣ ਵਾਲਿਆਂ ਨਾਲ ਸ਼ੇਅਰ ਕਰੋ। ਸਾਨੂੰ ਈਦ ਜਿਹੜੀ ਬਕਰਾ ਈਦ ਹੈ, ਇਹਦੇ ਤਾਂ ਇਹ ਬਾਲਾਂ ਦੀ ਈਦ ਇੱਕੋ ਅਸਾਂ ਸਮਝਾਉਂਦੇ ਹਾਂ ਕਿ ਇਹਦੇ 'ਤੇ ਸਾਨੂੰ ਈਦੀ ਨਾ ਮਿਲਦੀ ਹੈ। ਹਾਂ ਬਿਲਕੁਲ, ਕਿਉਂਕਿ ਬਕਰਾ ਜਿਹੜੀ ਹੈ ਨਾ, ਇਹਦੀ ਈਦੀ ਨਹੀਂ ਮਿਲਦੀ ਤਾਂ ਕੋ, ਅਤੇ ਜਿਹੜੀ ਉਹ ਰਮਜ਼ਾਨ ਵਾਲੀ ਈਦ ਆਈ ਉਹਦੇ 'ਤੇ ਸਾਨੂੰ ਸਾਰੀ ਬੱਚਿਆਂ ਦੀ ਜ਼ਿਆਦਾ ਖੁਸ਼ੀ ਥੀ। ਅਤੇ ਅਸ
ਜ਼ਿੱਦ ਲਾ ਗਿੰਦਿਆ ਤੇ ਕਸਾ ਇੰਕੂ ਡੇਸੂ ਪਹਿਲੇ ਇਹਦੇ ਇਹਦੇ ਸਾਕੂ ਮੁਆਵਜ਼ਾ ਮਿਲਾ ਵੰਜੇ ਅੱਛਾ ਤੇ ਵਾਲੋ ਉਹ ਉੰਕੂ ਅਸਾਂ ਕਰੇਂਦੇ ਤੇ ਤੋ ਸਾੜਾ ਇੱਕ ਇਤਜਾਜ ਕਰੇਂਦੇ ਆ ਤੇ ਅੱਛਾ ਤੇ ਸਾਕੂ ਉਹ ਈਦੀ ਮਿਲਣਾ ਸ਼ੁਰੂ ਸੀ ਗੀ ਵਜ੍ਹਾ ਕਰ ਤੇ ਉਹ ਸਾਕੂ ਨਹੀਂ ਭੁੱਲਦਾ ਕਿ ਅਸਾਂ ਇਹ ਕਰੂ ਯਾਨੀ ਬਚਪਨੇ ਚ ਤੁਸਾਂ ਜਿਹੜਾ ਇਹਨਾਂ ਸਿਆਸਤ ਦਾ ਕੰਮ ਕੀਤਾ ਸਾਰੇ ਕੱਟੇ ਕੱਟੇ ਠੀਕ ਹੈ ਧਰਨਾ ਨਹੀਂ ਤਾਂ ਤੇ ਵਾਲ ਤਾਂ ਕੋਈ ਉਸਾਂ ਕਾ ਬੱਕਰੇ ਅਸਾਂ ਨਹੀਂ ਦੇਦੇ ਜੇ ਸਾਕੂ ਈਦੀ ਮਿਲ ਸੀ ਜਮਹੂਰੀ ਅਸੂਲ ਦੇ ਤਹਿਤ ਮੈਜੋਰਿਟੀ ਜਿੱਤ ਵੀ ਗਈ ਹਾਂ ਮੈਜੋਰਿਟੀ ਜਿੱਤ ਗਈ ਮਤਲਬ ਮਨਵਾਈ ਸਹੀ ਗੱਲ ਤੇ ਨਜਮਾ ਤੁਸਾਂ ਦੇ ਸੋ ਕਿ ਈਦੇ ਕੁਰਬਾਨ ਦੇ ਹਵਾਲੇ ਨਾਲ ਕੀ ਫੇਵਰਿਟ ਚੀਜ਼ ਹੋ ਰਹੇ ਨੇ ਕੀ ਤੁਹਾਡਾ ਦਿਲ ਆਦੇ ਕਿ ਮੈਂ ਉਹਨੀ ਕੀ ਕਰਾਂ ਕਿਉਂਕਿ ਤੁਸੀਂ ਇਤਨੇ ਮਸਰੂਫ ਰਹਿੰਦੇ ਹੋ ਸ਼ਾਇਰ ਆ ਗਾਣਾ ਕਾਲਜਸ ਟਰੈਵਲਿੰਗ ਅਮਰ ਮਨਨ ਪਕਾਵਣ ਖਾਣ ਦੇ ਇਲਾਵਾ ਜਨਾਬ ਤੁਹਾਡਾ ਕੀ ਦਿਲ ਆਦੇ ਕਿ ਮੈਂ ਐਜ਼ ਆ ਔਰਤ ਕੀ ਕਰਾਂ ਖਾਣੇ ਪਕਾਉਣੇ ਦਾ ਜ਼ਾਹਿਰ ਉਹ ਇਹ ਕਿੰਝਾ ਜਹਾੜਾ ਹੁੰਦਾ ਨਾ ਐਜ਼ ਅ ਡਾਕਟਰ ਹੈ ਮੈਂ ਆਪਣਾ ਇਹ ਕਰੇਸਾਂ ਕਿਉਂਕਿ ਜ਼ਾਹਿਰ ਅਲਹਮਦੁਲਿਲਾ ਪ੍ਰੈਕਟਿਸ ਹੈ ਔਰ ਹਸਪੀਟਲ ਹੈ ਤਾਂ ਉਹਦੇ ਨਾਲ ਨਾਲ ਇਹ ਹੁੰਦੇ ਕਿ ਘਰ ਕੋ ਦੇਖਣ ਜੇ ਰਹਿਣਾ ਕਾਫੀ ਸਾਰਾ ਬਹੁਤ ਸਾਰੇ ਕੰਮ ਰਹਿ ਪੈਂਦਾ ਹਾਂ ਕੋਸ਼ਿਸ਼ ਹੁੰਦੀ ਹੈ ਈਦ ਦੇ ਉੱਤੇ ਕਮ ਅਜ਼ ਕਮ ਜਿਹੜਾ ਨਾ ਬਹੁਤ ਸਾਰੀਆਂ ਛੁੱਟੀਆਂ ਪਿਆ ਹੁੰਦੀਆਂ ਉਹ ਸਾਰਿਆਂ ਥੋੜਾ ਜਿਹਾ ਮੈਨੇਜ ਤੇ ਲੇਕਿਨ ਇਹ ਹੁੰਦੇ ਕਿ ਉਹ ਜਿਹੜੇ ਖਾਣੇ ਵਿੱਚ ਹੀ ਖਾਸ ਤੌਰ ਤੇ ਮਤਲਬ ਸਪੈਸ਼ਲੀ ਹਰ ਇੱਕ ਦੀ ਪ੍ਰੋਪਰ ਡਿਸ਼ ਬਣਾਉਣੀ ਹੈ ਹਰ ਇੱਕ ਦੇ ਮੁਤਾਬਿਕ ਦੇਵਣੇ ਔਰ ਸਾਰਾ ਕੁਝ ਉਹ ਮੈਨੇਜਮੈਂਟ ਇੱਕ ਬੜਾ ਬੜੇ ਰੋਲਸ ਹੁੰਦੇ ਨੇ ਜਿਹੜੀ ਇੱਕ ਔਰਤ ਐਟ ਅ ਟਾਈਮ ਪਲੇ ਕਰੇ ਅੱਛਾ ਇੱਕ ਸਵਾਲ ਵੀ ਆ ਜੀ ਨੂੰ ਹੈ ਖਵਾਤੀਨ ਕਿ ਡੇਰਾ ਗਾਜ਼ੀ ਖਾਨ ਇੱਕ ਬੜਾ ਸਾਡਾ ਇੱਕ ਆਖੋ ਕਿ ਰਵਾਇਤੀ ਇਲਾਕਾ ਹੈ ਪਿਆ ਇੱਕ ਆਪਣੇ ਮਖਸੂਸ ਰਵਾਇਤ ਹੈ ਅੱਛਾ ਉੱਥੋਂ ਨਿਕਲਣਾ ਡਾਕਟਰ ਹੀ ਬਣਨਾ ਸੋਸ਼ਲ ਵਰਕਰ ਹੀ ਬਣਨਾ ਠੀਕ ਹੈ ਨਾ ਵੱਲ ਸ਼ਾਇਰੀ ਅੱਛਾ ਵੱਲ ਲਿਟਰੇਚਰ ਦੇ ਹਵਾਲੇ ਨਾਲ ਕਿ ਜੀ ਇਹ ਅਹਿਸਾਸਾਤ ਦੀ ਤਰਜਮਾਨੀ ਹੈ ਅੱਛਾ ਕਿਆ ਉਹ ਮੁਜ਼ਾਹਮਤ ਹੀ ਥਈ ਤੁਹਾਡੇ ਰਸਤੇ 'ਚ ਅੱਜ ਤੱਕ ਹੈ ਖਾਤੂਨ ਨੇ ਆਪਣੀ ਸਲਾਹੀਅਤੋਂ ਕੋ ਮਨਵਾਇਆ ਮੈਂ ਆਪਣੇ ਹਸਬੈਂਡ ਕੋ ਇਸ ਜਗ੍ਹਾ ਤੇ ਆਖਾਂ ਕਿ ਬਹੁਤ ਅਜ਼ੀਮ ਇਨਸਾਨ ਹੈ ਉਹ ਕਿ ਉਹਨੂੰ ਪਸੰਦ ਵੀ ਕਹਿਨੀ ਉਹਦੇ ਬਾਵਜੂਦ ਉਹ ਮੇਰੇ ਸ਼ੌਕ ਨੂੰ ਇਨਕਰੇਜ ਕਰ ਔਰ ਮੇਰੀ ਇੱਕ ਪੈਸ਼ਨ ਕੋ ਦਿੱਤਾ ਸਹੀ ਹੈ ਬਲ ਐਸੇ ਖਾਮਿਆਂ ਵਾਸਤੇ ਮੇਰਾ ਸਲਾਮ ਹੈ ਐਸੇ ਮੇਰੇ ਵਿਰਾਜ ਜਿਹੜੇ ਆਪਣੇ ਬੇਗਮਾਤ ਕੋ ਅਗਵਨਣ ਨੇ ਦੇ ਫਿਰ ਉਹਨਾਂ ਵਾਸਤੇ ਰੀਅਲੀ ਹੈਟਸ ਆਫ ਨਹੀਂ ਕਰਦੇ ਹੈਟਸ ਆਫ ਉਹਦੇ ਬਾਵਜੂਦ ਆਪਣੀ ਬੀਵੀ ਕੋ ਜ਼ਿਆਦਾ ਤੇ ਪਿਓ ਕਿ ਕਿਉਂਕਿ ਇਹ ਚਾਹੁੰਦੀ ਹੈ ਜੀ ਬਿਲਕੁਲ ਸਹੀ ਬਿਲਕੁਲ ਸਹੀ ਬਿਲਕੁਲ ਸਹੀ ਇਹ ਬੜੀ ਚੰਗੀ ਗੱਲ ਜੀ ਇਹ ਡੂਡੂ ਸ਼ਾਇਰਾ ਸਾਡੇ ਕੋਲ ਮੌਜੂਦ ਕਲਾਮ ਤਾਂ ਸੁਣਨਾ ਹੀ ਸੁਣਨਾ ਸ਼ਾਇਰ ਮੌਜੂਦ ਹੋਵੇ ਕਲਾਮ ਨਾ ਆਵੇ ਇਹ ਕਿਵੇਂ ਸੀ ਸਕਦੇ ਲਜਮਾ ਸ਼ਾਇਨ ਕੋਸਾ ਸਭ ਕੋ ਅਕਸਰ ਆਪਣੀ ਤਰ੍ਹਾਂ ਸੁਣੀ ਸੁਣੀ ਸ਼ਾਇਰੀ ਸੁਣਾ ਅੱਜ ਪਿੱਛੇ ਸਰਾਇਕੀ ਦਾ ਪ੍ਰੋਗਰਾਮ ਹੈ ਸਰਾਇਕੀ ਕੋ ਵੀ ਉਹ ਦੇਣਾ ਪੋਸੀ ਲੇਕਿਨ ਉਹਦੇ ਕੋਲੋਂ ਪਹਿਲੇ ਮੈਂ ਈਦ ਦੇ ਹਵਾਲੇ ਨਾਲ ਇੱਕ ਕਿਤਾ ਜਿਹੜਾ ਮੈਂ ਬਲਕਿ ਇੱਥੇ ਹੀ ਬੈਠੇ ਹੋਏ ਉਹਨੇ ਲਿਖਿਆ ਮਾਸ਼ਾਅੱਲਾ ਜੀ ਅਤਾ ਕਰੋ ਅਤਾ ਕਰੋ ਜਨਾਬ ਸਾ ਕੋ ਅਤਾ ਕਰੋ ਉਜੜੇ ਹੂੰ ਸੰਸਾਰ ਤੋਂ ਫਿਰ ਵਾਹ ਉਜੜੇ ਹੂੰ ਸੰਸਾਰ ਤੋਂ ਫਿਰ ਤਿਹਵਾਰ ਮਨਾਏ ਕੈਸੇ ਉਜੜੇ ਹੂੰ ਸੰਸਾਰ ਤੋਂ ਫਿਰ ਤਿਹਵਾਰ ਮਨਾਏ ਕੈਸੇ ਹਜ਼ਾਰ ਰੁੱਤੋਂ ਮੈਂ ਆਂਖੋਂ ਕੋ ਗੁਲਜ਼ਾਰ ਦਿਖਾਏ ਕੈਸੇ ਵਾਹ ਵਾਹ ਬਿਊਟੀਫੁਲ ਕੀ ਬਾਤ ਬਿਊਟੀਫੁਲ ਆਪਣੇ ਛੂਟ ਚੁਕੇ ਹੂੰ ਜਿਨਕੇ ਸਾਜਨ ਰੂਟ ਚੁਕੇ ਹੂੰ ਜਿਨਕੇ ਵਾਹ ਆਪਣੇ ਛੂਟ ਚੁਕੇ ਹੂੰ ਜਿਨਕੇ ਸਾਜਨ ਰੂਟ ਚੁਕੇ ਹੂੰ ਜਿਨਕੇ ਖੁਦ ਸੋਚੋ ਹਾਥੋਂ ਪਰ ਮਹਿੰਦੀ ਲਗਾਏ ਕੈਸੇ ਵਾਹ ਵਾਹ ਲਵਲੀ ਜ਼ਬਰਦਸਤ ਮੇਰੇ ਦਿਲ ਦਾ ਹਾਕਮ ਇਹ ਹਾਲ ਸੁਣਾ ਵਾਹ ਵਾਹ ਕਿਆ ਹਾਲ ਥਿੰਦੇ ਪਰਦੇਸ ਉਤੇ ਵਾਹ 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 ਮੇਰੇ ਦਿਲ ਦਾ ਹਾਕਿਮ ਇਹ ਹਾਲ ਸੁਣਾ ਕਿਆ ਹਾਲ ਥਿੰਦੇ ਪਰਦੇਸ ਉਤੇ ਤੇ ਕੋ ਯਾਦ ਆਉਂਦੀ ਗਰੀਬਾਂ ਦੀ ਯਾ ਖੁਸ਼ ਵਸਤੇ ਪਰਦੇਸ ਉਤੇ ਵਾਹ ਵਾਹ ਕਿਆ ਬਾਤ ਹੈ ਸੁਭਾਨ ਅੱਲਾ ਜਦੋਂ ਈਦ ਬਾਰਾਤ ਦਾ ਚੰਦ ਦਿਸੇ ਜਗ ਜੋੜੇ ਜੋੜ ਠਹਾ ਰੱਖਦੇ ਵਾਹ ਜਦੋਂ ਈਦ ਬਾਰਾਤ ਦਾ ਚੰਦ ਦਿਸੇ ਜਗ ਜੋੜੇ ਜੋੜ ਠਹਾ ਰੱਖਦੇ ਉਹ ਮੂੰਝੇ ਦਿਲ ਦੀ ਕਿਆ ਈਦ ਥੀ ਵੇ ਜਦੋਂ ਚੰਨ ਵਸਤੇ ਪਰਦੇਸ ਉਤੇ ਖਾਸ ਕਰੇ ਜਿਹੜੇ ਡੈਡੀਕੇਟਡ ਹੈ ਉਹਨਾਂ ਲੋਕਾਂ ਕੋਲ ਜਿਹੜੇ ਪਾਕਿਸਤਾਨ ਤੋਂ ਬਾਹਰ ਰਹਿ ਰਹੇ ਸਾਰੇ ਜਿਹੜੇ ਭੈਣ ਭਰਾ ਬਾਹਰ ਹਨ ਉਹਨਾਂ ਵਾਸਤੇ ਹਾਂਜੀ ਧੈ ਤਖਤ ਪਿਆ ਮੇਰੇ ਵਖਤਾਂ ਦਾ ਵਾਹ ਧੈ ਤਖਤ ਪਿਆ ਮੇਰੇ ਵਖਤਾਂ ਦਾ ਜਦੋਂ ਮਹਿਰਮ ਗਿਆ ਇਹ ਝੋਕ ਲੜਾ ਵਾਹ ਸਾਡੇ ਸਹਿਤ ਦੇ ਹੱਥ ਵਿੱਚ ਕਾਸਾ ਹੈ ਸਾਡੀਆਂ ਖੁਸ਼ੀਆਂ ਵਸੀਆਂ ਪਰਦੇਸ ਕੀ ਬਾਤ ਕੀ ਬਾਤ ਮੇਰੇ ਦਿਲ ਦਾ ਬਿਊਟੀਫੁਲ ਲਵਲੀ ਜੀ ਲਵਲੀ ਸੋਹਣੀ ਪਾਸੋ ਈਦ ਕੀ ਖੁਸ਼ੀਆਂ ਖੂਬ ਮਨਾਓ ਈਦ ਕੇ ਦਿਨ ਔਰ ਰਾਤੇ ਲੋਗੋ ਖੁਸ਼ੀ ਕੀ ਹੈ ਇਹ ਬਾਤੇ ਲੋਗੋ ਈਦ ਕੀ ਖੁਸ਼ੀਆਂ ਖੂਬ ਮਨਾਓ ਰੰਗ ਨਜ਼ਰ ਮੇਂ ਫੈਲ ਗਏ ਹੈ
फूल से मटाए दामन में, खुशियां ऐसे बरस रही हैं, पानी बरसे जू सावन में, औरों से क्या मतलब हमको, आई है जब अपने आंगन में, खुशियों की बरसातें लोगों, ईद की खुशियां खूब मनाओ। वो देखो एक बेवा बैठी, ईद के दिन भी रोती जाए, बच्चे उससे कपड़े मांगे और वो आहें भरती जाए, बच्चे उससे खाना मांगे और वो उनको तकती जाए, फेर के उनसे आंखें लोगों, खेज के बीच कनाते लोगों, ईद की खुशियां खूब मनाओ, ईद की खुशियां खूब मनाओ। अच्छा ये मैं दसना चाहती कि बार दफा असा चाहते से कि सब अच्छे खुशगवार अंदाज लिखूं, असा को उदास शायरी ना करूं, लेकिन एक आमद है, बेटी को जन्म दिते इको जी तकलीफ नाल, जिवें बेटा जन्म नहीं दे जी तकलीफ नाल हुंदे नाल ही हुं बेटी को जन्म दे, लेकिन वो बेटी को जन्म देके रोमन पै गई है खुश थीवण दी बजाय, तो वो सोचो कि एहसास दी क्या फीलिंग होसी, माँ तो एक ही जैसा झेल के लाती है, बेटा है तो मुबारक माँ दे, बेटी है तो सोग। शायद ये चाप पे ढाल लगने का मंजर भोपाली दा शेर मेरे को याद आ गया, तो आदर के बेटियों के भी लिए हाथ उठाओ मंजर, सिर्फ अल्लाह से बेटा नहीं मांगा करते। और वो एकदम रोन शुरू कर देती है खुश थीवण दी बजाय। वालो मैं एक नज़्म लिखी आई, मेरा प्यू भी राम एक उदास ते सही, केड़ा जुर्म कितन क्यों मुजरिम हां, तेरे घर जा पी मेरा वस ना है, मैं पुत्र न थई मेरा वस ना है, ए सारे जुर्म तो हुए हैं जड़े मेरे वास तो बाहर हैं, हुन बस करो मैं माफी दो, हुन बस करो मैं जीवन। औरत न होवे तो कोई रंग के नहीं, अगर घर च मां ना होवे तो घर दा हाल बुरा थी वेंदे। रात मैं एक तोरी गाल कटेनी पिया, अफसोस मुझको उसने उतारा है गोर में, अफसोस मुझको उसने उतारा है गोर में, जिसके लिए फलक से उतारी गई हूँ मैं। क्या बात है, क्या बात है। बीबी हाजरा दी जड़ी कुर्बानी है, जिवें उन्होंने विराने च अपने बच्चे कुछ आके होगे, कली एक औरत इवें साड़ी जड़ी मुल्क दी औरत है, वो भी बड़े कुर्बानियां देंदी है, वो हर रोल ही कुर्बानी देंदी है, तो वो अगली जनरेशन च कुर्बानी मुंतकिल करेंगी। अल्लाह रब्बुल इज्जत ने बीबी हाजरा दी ऊ जड़ा ओ उना दा भजन है सही हो सारा सारा ऊ जड़ा ना एक लाज़मी रुकन बना लेता हज दा कबूल फरमाया ते बच्चे दे एड़िया रगण वालों जो पानी जाया ओ हैरत अंगेज पूरा वर्ल्ड उन्दे उते हैरान है कि समझ आया ते अमर ही थी गया। क्योंकि काफी देर तो खामोश बैठे थे, दोनों की गुफ्तगू शामिल करे सो खवातीन ज्यादा आ गए खवातीन छा गए बिल्कुल ते कुर्बानी कीवे करेंदे हो जानवर कीवे लबदे हो या देहात च पहले कोल अरेंजमेंट होंदे तुहाडे कोल नहीं असा पहले नशी दा अरेंजमेंट तो पहले कर लईदा ना काफी अरसा पहले अरेंजमेंट कर लईदा फिर उस तो बाद अपने को रखीदा उन्हां नूं बच्चे उस नाल बड़े खुश होंदे ने बच्चे बड़े महसूस होंदे ने असल मैं कहूंगा जिहड़ा ईद दा मकसद है ना कुर्बानी दा वो कंसेप्ट है कि इस वक्त दूसरे वास्ते आसानियां पैदा करो जी लोगों वास्ते मुश्किलात दी बजाय लोगों वास्ते आसानियां पैदा करो कि मेरा ख्याल है साढ़े इस्लाम दा टोटल जड़ा अगर देखा जाए कंसेप्ट ही यही है कि आसानियां पैदा करो ये कुर्बानी है दूसरे वास्ते थोड़े हमसाए हैं थोड़े अजीज हैं थोड़े रिश्तेदार हैं थोड़े इलाके के गुरबा ने असी जो कुर्बानी करके गोश्त तकसीम करने हैं सारा कुछ उसका मकसद है कि हम बाज़ औक़ात ऐसा है कि साढ़े गाँव के कुछ लोग पूरा पूरा साल वो गोश्त नहीं खाते खा सकते उन्होंने कुर्बानी के मौके उन्होंने वो बेचारे लोग बच्चे इंतजार कर रहे होंगे
अच्छा मैं तो बल्कि लोगों को एक चीज़ कहांगा कि जो लोग कुर्बानी करते हैं कुर्बानी करने के बाद उसकी सही तरह तकसीम करो बाद तक वो पहुंचा लोग इस इंतजार होंगे फिर अल्लाह ताला ने एक हिस्सा तय कर दिया कि तीन हिस्से करो एक हिस्सा अपने वास्ते एक अपने रिश्तेदार वास्ते एक गुरबा वास्ते अच्छा रिश्तेदार ने भी बहुत वड्डी अहमियत दसी गई यानी कि रिश्तेदार अहमियत उजागर की गई उस रिश्तेदार जो है बिल्कुल सही। अच्छा खालिद कोकर साहब जमींदारी के अलावा बागबानी के अलावा मौसीकी नाल भी दिलचस्पी है कोई कोई देखो जी कोई शख्स ऐसा नहीं है मेरा ख्याल है कि जो शायरी तो और इस चीज तो महसूस ना हो मौसीकी तो महसूस ना हो बल मेरे ख्याल मेहमान की मुत्तफिका राय नाल राहत बीबी सारे को बैठे थे ठीक है ना सुरैया मुल्तानी कर दी साहबजादी इतना बड़ा ना गायकी दा मौसीकी दा बड़े सगीर च ते खुद माशाल्लाह बड़ी खूबसूरत आवाज दी मालिक ते इना कोल ईद दी मुनासबत नाल ही खूबसूरत शो दी मुनासबत नाल कोई मुल्तान दी पहचान है जी मुल्तान दी सुजान पहचान है मेहरबानी तोरे सब दी मोहब्बत है ना जी राहत बीबी सोना जिया गीत मैं जरूर सुनूं ईद दे हवाले दा सुनवे सा
اپنی آواز دی مٹھاس تا بھر چھوڑی ہے پروگرام وچ ہن تھوڑا جے اسا کھیل کو ہاسے کو شامل کر گئے نو ضرور کرو ضرور کرو بھی مزہ آویسی ہاں بلکہ سارے کول پٹی ملتان دے اوتے عید شو دے وچ اسا تہاڈے واسطے ایک بڑا ہی سونا خاکہ گھن کے آئے تے میں چاہسا کہ اسا او کیوں نہ خاکہ پرفارمنس کرن واسطے مزہ رسن تے انہاں دی ٹیم کو اتھے دعوت تے ہوئی تھا سارے کول آویں تے سا کو خاکہ دکھاویں اچھا جی دے دے جی اج مزہ رسن دی ہاسے تے کھلن دی پٹاری چکیا نکل بالکل انہاں دے نال او جی مزہ رسن کاش پتہ نہیں سویرے سویرے کتھاں چلے گئے فون گھر پہ بکرا شور مچائی کھڑے گھاں مکا پہ اللہ سیاں میں کیا کراں آیا 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 آہا ایک تا تھا کو دیکھ کے میں ہر شے بھول وینا اج عید دا دیے میں کو جڑی فرمائش کیتی ہے نا بڑی اوکھے پوری تھی ہے ایک تا تھا کو دیکھ کے میں ہر شے بھول وینا او اپنا حمید پرا اندر لنگا آیا آیا السلام علیکم اے جڑے حمید سڈن کیتے ایڑی تمہید بدھی وے میں کو نہ سے ہے کون دسو ستے ونیا ستے ونیا یعنی حمید اللہ تو اتنا بے عزت نہ کرو اے تاسف صاحب میرے تول آئن میرے منتا تیتے نے ترلے تیتے نے میں والا آیا عید علی دیوار اپنا گھر بار چھوڑتے تو نہ دے بار چاون اے 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 میں فرمائش کیتی ہے کہ گانا شانا سنا ویا اوئے ہوئے باجی تو ہی فرمائش میں تو ہی تروا میں تو ہی داونا دے بلتے آج چلو چلدا پہ نہ دانا کیڑا امب لے دے او لالا مینو امب لے دے اوئے او تیری گلوکاری نہیں سنتی او تا آپ کھرے کھرے سنا وڑا لیے او کہیں نہیں سنتی تیری برجائی ای گال دا وائد میں کو پتا ہے کاشف ای دڑی میرا منہ نہ کھلواؤ میں کو فیر دساؤ اے کون ہے تے کیا کرنا آئی تھا ستے ونیا بیستیاں بیستیاں حمید اللہ تھا دے مسلسل بیستیاں میں تو آتو آتے میں کو ہیل تے دھین دیاں آدم تو بار چامنے میں تو دے سو تیرا بار چامنے چل بے مویا میری بھی باری کہنی می جتھو لنگ دیاں ہر کوئی حیران تھی تیرے دے تے آدھے کڑی بار علی بی بی ہے او باجی میں تا اپنے تام دی دال ترین دا پیام میں تلیاں میں بار چینم میں تو دے سو تیرا بار چامنے اوئے اوئے او بھالا نہ تھی آرام نال تھا کھٹ تے بیون تارے تول تئی ہے او کاشف عید علی تے لوک کاتے منگ دین اے کہی دا کیا کام ہے عید علی دی انہاں نے آتے تھٹ تے بیون تئی ہو سی تے میں تھٹ تے تے وال بیو ویسا اوئے او میں کھٹڑے دی گال کیتی ہے جو اٹھا تشریف رکھو میری دال سنو میں تے تشریف رکھن نہیں آیا میں آج تے تام ترن میں تو تام دے سو جڑا باہر چاون میں او چینا تے میں دھر ون تے پہاڑو ترنے اپنا نا تے ایتھا تسا پہاڑو کرن کہنی وے آئے تو نا تمال ترن دو میں تلیاں تلیاں باہر چینا ہاں ادھر تسا فرمائش ترے سو تا میں تو پہاڑو ہی تاڑے سو کیا پیا دے وے تسا ایتھا تسا پہاڑو کرن کہنی آئے او تو نا بھائی میں تلیاں باہر چاون آیا کلی کو کیوں ساڑے آئے وے سویرے سویرے حمید اللہ کلی دی منتا ترلے کر کے کو گھر گئے نایا آج عید آڈی کوئی لبدا ہے میں کوئی ڈسا اللہ سیاں میں سویرے سوئی ڈش بنائی ہمی میں تاکو اٹھا کے آکھا ہی واش روم ونجو تا کلی کر آؤ او اچھا تو ساؤں کلی دی گال کی دیا وے توبہ توبہ آج چل دے پڑے لیتھے بندیا تو تیا تھی دے میں تو تی میں سمجھاواں اے جڑی تلی تو سا دے پیو نے اردو دا لفظ سرائے تیا کی تو آدن تلولی تلولی کلی بھرا زیادہ سبق نہ پڑھا کاش ہفتے کو غلط فہمی نال گھنے غلط فہمی نال دینا ہے نا 500 والا ترترا نوٹ میں تو دیو تے میں باٹم تھی وائی تھوں دیو حمید بھرا آ تا میں گئے کسائی دا کام تو ہی جان دے میں تے منت لا یا پہاڑ تبڑا دے تو نا میں تلیاں بھائی تو نا میں نہیں کمال پہ ترین دیو میں نہیں ترین دا
ਨਾ ਤੂੰ ਸਕਸਈ ਦਾ ਕੰਮ ਕਹਿ ਨਹੀਂ ਮੈਂ ਜਾਣਦੇ ਉਹ ਬਈ ਤਸਈ ਦਾ ਤਾਂ ਮੈਂ ਤਰ ਦਿਨ ਸਾਂ ਅਸਲ ਵਿੱਚ ਤਸਈ ਦਾ ਤਾਂ ਮੈਂ ਜਾਣਨਾ ਲੇਕਿਨ ਮੈਂ ਛਟੜੇ ਦੀ ਤਸਈ ਤਰੇ ਨਾ ਡਾਵਣੀ ਤਸੇ ਨਾ ਹੀ ਹੈ ਮੇਰੀ ਤਸਈ ਹੋਈ ਡਾਵਣੀ ਜਿਹੜੀ ਹੈ ਨਾ ਪੂਰਾ ਸਾਲ ਮੰਜੀ ਢਿੱਲੀ ਨਹੀਂ ਚੀਦੀ ਕਾਸ਼ਿਫ ਹੇਕ ਤਾਂ ਮੈਂ ਤੁਹਾਡੇ ਜਲਦ ਬਾਸ ਹੈ ਤੇ ਡਾਢਾ ਇਤਰਾਜ਼ ਹੈ ਪਹਿਲੇ ਤਾਂ ਆਪ ਆ ਕੇ ਮੀ ਕੁੱਲੀ ਕਰੋ ਤੂੰ ਸਹੀ ਕੁੱਲੀ ਕੋ ਕਰ ਆਏ ਵੇ ਹੁਣ ਉਹ ਭਈਆ ਦਿਨ ਮੈਂ ਕਸਈ ਥਾਂ ਵਾਲਾ ਦਿਨ ਮੈਂ ਖੱਟਾਂ ਦੀ ਕਸਈ ਕਰ ਗਿੰਦਾ ਹਾਲੇ ਤਾਂ ਤੁਸੀਂ ਕਾਤਿਆਂ ਕਹਿਣੇ ਕਿਲਾਏ ਉਹਦੀ ਭਲਾ ਕਿਆ ਲੋੜ ਹੈ ਕਾਤਿਆਂ ਤੋਂ ਤੇ ਤੇਰੀ ਆਪਣੀ ਜ਼ੁਬਾਨ ਹੈ ਨਾ ਬਲਾ ਕਾਤਿਆਂ ਦੀ ਕਈ ਲੋੜ ਸਾ ਕਾਸ਼ਿਫ ਡੂਮੇ ਬਾਜੀ ਡੂਮੇ ਤੁਸਾਂ ਨਾ ਲੜੋ ਨਾ ਠੀਕ ਹੈ ਦੇਖੋ ਇਹ ਈਦ ਦਾ ਮੌਤਾ ਆਂਦੇ ਨਾ ਬਤਰਾ ਈਦ ਦਾ ਦਰਜ਼ੀ ਤਾਂ ਸਹੀ ਬਣ ਵੇਂਦੇ ਬਿਲਕੁਲ ਲੋਹਾਰ ਤਾਂ ਸਹੀ ਬਣ ਵੇਂਦੇ ਬਿਲਕੁਲ ਨਹੀਂ ਤਾਂ ਸਹੀ ਬਣ ਵੇਂਦੇ ਬਿਲਕੁਲ ਸਾਰੇ ਆਪਣਾ ਫੈਸ਼ਨ ਛੋੜ ਤੇ ਤਾਂ ਸਹੀ ਬਣ ਵੇਂਦੇ ਹਾਂ ਬਿਲਕੁਲ ਤੁੱਲੀ ਤਾਂ ਸਹੀ ਤੀ ਉਹ ਨਹੀਂ ਬਣ ਸਕਦਾ ਆਓ ਮੈਂ ਤੁਹਾਡਾ ਬਤਰਾ ਤੜਾ ਆਓ ਇਹ ਗੱਲ ਹੀ ਠੀਕ ਹੈ ਆਓ ਬਾਜੀ ਆਓ ਜਿੱਲੋ ਜਨਾਬ ਹੁਣ ਤਾਂ ਪਾਰ ਕਰੇ ਸੀ ਉਹ ਜਿੱਲੋ ਜਿੱਲੋ ਬਾਜੀ ਵਾਹ ਬਹੁਤ ਅੱਛੇ ਮਜ਼ਰ ਅਹਿਸਨ ਅਤੇ ਉਹਨਾਂ ਦੇ ਨਾਲ ਆਸਫਾਹਨ ਅਤੇ ਉਹਨਾਂ ਦਾ ਰਿਜ਼ਵਾਨ ਇਹਨਾਂ ਨੇ ਬੜਾ ਅੱਛਾ ਖਾਕਾ ਪੇਸ਼ ਕੀਤੇ ਕਿਉਂਕਿ ਈਦ ਅਤੇ ਸਾਕੂ ਜਿਹੜੀ ਕਸਾਈਆਂ ਦੀ ਪ੍ਰੋਬਲਮ ਹੁੰਦੀ ਹੈ ਨਾ ਉਹ ਬੜੇ ਹੀ ਔਖਾ ਕੰਮ ਹੈ ਸਭ ਤੋਂ ਔਖਾ ਬੰਦਾ ਜਿਹੜਾ ਲੱਭਦੇ ਉਹ ਕਸਾਈ ਲੱਭਦੇ ਹਾਂ ਜੀ ਮਹਿਮਾਨਾਂ ਕੋਲ ਪੁੱਛਦੇ ਗਿਲਾਨੀ ਸਾਹਿਬ ਕਿ ਨਹੀਂ ਇਵੇਂ ਥੇ ਕਿ ਕੋਈ ਸ਼ੌਕੀਆ ਕਸਾਈ ਨਾਲ ਵਾਸਤਾ ਪੈ ਗਿਆ ਹੋਵੇ ਤਾਂ ਉਹਨੇ ਗੋਸ਼ਤ ਖਰਾਬ ਕਰ ਦਿੱਤਾ ਹੋਵੇ ਸਾਰਾ ਇੱਕ ਡਰਾਈਵਰ ਆਈ ਉਹ ਅਸਾਂ ਉਹ ਹਰ ਸ਼ੈ ਬਣ ਵੇਂਦਾ ਉਹ ਇਲੈਕਟ੍ਰੀਸ਼ੀਅਨ ਹੀ ਬਣ ਵੇਂਦਾ ਹੈ ਤੁੰਨਾ ਜ਼ਫਰ ਅੱਲਾ ਤਾਲਾ ਮੈਂ ਨਹੀਂ ਮਨ ਜੰਨਤ ਅਸੀਂ ਫਰਮਾਵੇ ਤੇ ਅਸਾਂ ਉਹ ਕੋਈ ਜ਼ਫਰ ਦੂਰ ਪਾਟਾ ਤੇ ਆਸੇ ਅੱਛਾ ਹਰ ਸ਼ੈ ਮਤਲਬ ਉਹ ਸਾਰ ਨੇਮ ਨਹੀਂ ਚੀਜ਼ਾਂ ਤੇ ਉਹ ਕਸਾਈ ਉਹ ਬਣ ਵੇਂਦਾ ਹੈ ਉਹ ਜ਼ਿੱਦ ਲਾ ਗਿੰਦਾ ਹੈ ਕਿਉਂਕਿ ਸਾਰੀ ਗੱਲ ਉਹ ਤਾਂ ਤੁਸੀਂ ਜਿਹੜੇ ਕਸਾਈਆਂ ਨੂੰ ਪੈਸੇ ਦੇਣੇ ਉਹ ਮੇਕੂ ਦਿਓ ਠੀਕ ਹੈ ਉਹ ਜ਼ਬਰਦਸਤੀ ਕਸਾਈ ਬਣ ਵੇਂਦੇ ਵੱਲ ਉਹ ਕਰਨਾ ਪਵੇਂਦੇ ਪੈ ਵੇਂਦੇ ਹੱਕ ਵੀ ਤੇ ਉਹ ਅਸਾਂ ਕਸਾਈ ਸਾਰੇ ਖਾਨਦਾਨ ਦੇ ਪਾਸੇ ਹਰ ਕਿਸੇ ਦੇ ਪਾਸੇ ਉਹ ਵੇਂਦਾ ਹੈ ਉਹ ਕੋ ਡਿਊਟੀ ਦਿੱਤੀ ਗੋਸ਼ ਦਾ ਸਤਿਆਨਾਸ਼ ਕਹਿੰਦਾ ਇਹ ਚੰਗਾ ਬਣਦਾ ਹੈ ਗੋਸ਼ ਤਾਂ ਬਣਾਈ ਗਿੰਦਾ ਹੈ ਬੜਾ ਗਿੰਦਾ ਹੈ ਠੀਕ ਹੈ ਤਜਰਬਾ ਠੀਕ ਗਿਆ ਉਹਦਾ ਉਹ ਠੀਕ ਗਿਆ ਸਿਰਫ ਸਿੱਖਾ ਸਾਡੇ ਤੇ ਆਈ ਅੱਛਾ ਵੈਸੇ ਖਵਾਤੀਨ ਦਾ ਕਿਉਂਕਿ ਗੋਸ਼ ਪਕਾਉਣ ਨਾਲ ਹੁੰਦੇ ਵਾਸਤਾ ਅੱਛਾ ਇਵੇਂ ਦੇ ਕੋਈ ਸ਼ੌਕੀਆ ਕਸਾਈ ਨਿਕ ਨਹੀਂ ਤੁਹਾਡੇ ਈਦ ਦਾ ਗੋਸ਼ ਖਰਾਬ ਕੀਤਾ ਹੋਵੇ ਤੇ ਮਨ ਕੀ ਕਰੇ ਜੋ ਪਿਛਲੇ ਸਾਲ ਹੀ ਮੈਂ ਥਾਇ ਕਿ ਸਾਡੇ ਨਾਲ ਕਿ ਸਾਡਾ ਜਿਹੜਾ ਕਸਾਈ ਸ਼ੁਰੂ ਕੋਲੋਂ ਆਉਂਦਾ ਪਿਆ ਹਾ ਜਿਹੜਾ ਮੁਸਤਕਿਲ ਮਤਲਬ ਪਹਿਲੇ ਅਬੂ ਦੇ ਘਰ ਇੱਕ ਟਾਈਮ ਡਿਵਾਈਡ ਹੁੰਦਾ ਕਿ ਉੱਥੋਂ ਘਰ ਕੋਲੋਂ ਵੱਲ ਸੰਭਾਈ ਦੇ ਘਰ ਆਸੀ ਵੱਲ ਮੈਡੀ ਘਰ ਆਸੀ ਇਹ ਤਰੀਕੇ ਤੇ ਆ ਕੋਲੋਂ ਕਰੇਂਦਾ ਉਹਦੀ ਥੀ ਗਈ ਅੱਲਾਹ ਤਾਲਾ ਜੰਨਤ ਬਖਸ਼ੇ ਉਹਦੀ ਉਹ ਕੈਂਸਰ ਉਹਦੀ ਡੈਥ ਥੀ ਗਈ ਤੋ ਪਿਛਲੇ ਸਾਲ ਹੀ ਕੋਈ ਨਵੇਂ ਬੰਦੇ ਆਣ ਖੜਨ ਕਿ ਹਾਂ ਜੀ ਅਸਾਂ ਬਣਾ ਲੈਂਦੇ ਹੈ ਨਾ ਉਹਨੇ ਬੱਕਰੇ ਜਿਹੜੇ ਬਣਾਏ ਨਾ ਔਰ ਜਿਹੜੀ ਉਹਨੇ ਬੱਕਰੀ ਦਾ ਹਾਲ ਕੀਤੇ ਤੇ ਵੱਲ ਉਹ ਜ਼ਾਹਰੇ ਉਹ ਆਦਨ ਨਾ ਜਿਵੇਂ ਇੱਕ ਟੇਲਰ ਹੁੰਦੇ ਅੱਛਾ ਕੱਪੜਾ ਸੀਂਦੇ ਤੇ ਉਹਦਾ ਫਰਕ ਹੁੰਦਾ ਨਜ਼ਰ ਆਉਂਦੇ ਉਵੇਂ ਹੀ ਹਰ ਸ਼ੈ ਦਾ ਇੱਕ ਫਰਕ ਹੁੰਦਾ ਕਿ ਇੱਕ ਕਾਬਿਲ ਇਨਸਾਨ ਦਾ ਔਰ ਜਿਹੜਾ ਨਾ ਜਾਣਦਾ ਹੋਵੇ ਉਹਦੇ ਵਿੱਚ ਆਵੀਏ ਉਹਨੇ ਬੂਟਿਆਂ ਦਾ ਉਹ ਹਾਲ ਕਰ ਰੱਖੇ ਕਿ ਪੱਕੇ ਦੇਵੇਂ ਲੱਗਦਾ ਪਤਾ ਨਹੀਂ ਕਿਆ ਬਣਾਈ ਬੈਠੇ ਅੱਜ ਦੇ ਪ੍ਰੋਗਰਾਮ ਦੇ ਤਵੱਸਤ ਨਾਲ ਅਸਾਂ ਐਸੇ ਸ਼ੌਕੀਆ ਕਸਾਈਆਂ ਤੋਂ ਰਿਕਵੈਸਟ ਕਰੇ ਸੋ ਮੈਂ ਅਕਸਰ ਨਕੀ ਕਮ ਸਕਮ ਜੀ ਲੋਕਾਂ ਦੇ ਹਜ਼ਾਰਾਂ ਰੁਪਏ ਦੇ ਲੱਖਾਂ ਰੁਪਏ ਦੇ ਜਾਨਵਰ ਹੁੰਦੇ ਬੜੀ ਮੁਹੱਬਤ ਨਾਲ ਗਹਿਣ ਕੇ ਆਉਂਦੇ ਕੁਰਬਾਨੀ ਵਾਸਤੇ ਤੇ ਤੁਸੀਂ ਆਪਣੇ 1,000-2,000 ਵਾਸਤੇ ਉਹਨਾਂ ਦਾ ਜਾਨਵਰ ਖਰਾਬ ਕਰ ਦਿੰਦੇ ਹੋ ਕੁਰਬਾਨੀ ਖਰਾਬ ਕਰ ਦਿੰਦੇ ਹੋ ਇਹ ਕੰਮ ਨਾ ਕੀਤਾ ਕਰੋ ਤੇ ਜੀ ਕੁਰਬਾਨੀ ਖਰਾਬ ਨਹੀਂ ਕੀਤੀ ਚਾਹੀਦੀ ਡਾਕਟਰ ਸਾਹਿਬ ਕੋ ਪੁੱਛੋ ਜੀ ਡਾਕਟਰ ਸਾਹਿਬ ਹੁਣ ਤੁਸੀਂ ਮਾਸ਼ਾਅੱਲਾ ਪੋਲੀਟੀਸ਼ੀਅਨ ਵੀ ਹੋ ਕਸਾਈ ਆਦੇ ਹੋ ਸੇ ਕੁਰਬਾਨੀ ਕਰਨ ਕੋਸ਼ਿਸ਼ ਕਰਦੇ ਨੇ ਕਿ ਤੁਹਾਡੇ ਕੋਲ ਜ਼ਿਆਦਾ ਪੈਸੇ ਗਿਣ ਅੱਛਾ ਇਹ ਸਾਰਾ ਚੈਪਟਰ ਮੇਰੇ ਹਸਬੰਡ ਦੇ ਦਨ ਉਹ ਸਵੇਰੇ ਸਵੇਰੇ ਉਹਨਾਂ ਨੂੰ ਬੜਾ ਸ਼ੌਕ ਹੁੰਦਾ ਕਿ ਬੱਕਰੇ ਦੀ ਕਲੇਜੀ ਜਲਦੀ ਬਣ ਵੰਨੇ ਨਮਕੀਨ ਗੋਸ਼ ਜਲਦੀ ਬਣ ਵੰਨੇ ਉਹ ਵਾਲ ਸਾਰੀ ਫੈਮਿਲੀ ਦੇ ਬੱਕਰੇ ਉਹਨਾਂ ਤੇ ਆਪਣਾ ਬੱਕਰੇ ਪਹਿਲੇ ਪਹਿਲੇ ਗਿਣ ਵੰਨ ਔਰ ਖੁਦ ਖੜ ਕੇ ਆਪਣੀ ਸੁਪਰ ਵੀਅਨ ਵਿੱਚ ਬਣ ਵੰਨੇ ਔਰ ਮਾਸ਼ਾਅੱਲਾ ਬੜਾ ਅੱਛਾ ਗੋਸ਼ਤ ਹਰ ਵਾਰੀ ਬਣ ਕੇ ਆਉਂਦੇ ਕਈ ਵਾਰੀ ਵੀ ਬੜਾ ਅੱਛਾ ਬਣ ਕੇ ਅੱਛਾ ਉਹਦੇ ਬਾਅਦ ਜਿਹੜਾ ਕਿਚਨ ਹੈ ਸਾਡੀ ਕਲਾਸ ਲੱਗਦੀ ਹੈ ਉਹ ਤੇ ਮਾਲਿਆਂ ਦੀ ਅਲੱਗ ਅਲੱਗ ਫਰਮਾਇਸ਼ਾਂ ਹੁੰਦੀਆਂ ਔਰ ਸਾਰੇ ਵਾਸਤੇ ਨਾ ਮੇਰੀ ਫੈਮਿਲੀ ਦੀ ਇੱਕ ਬੜੀ ਅੱਛੀ ਗੱਲ ਹੈ ਕਿ ਅਸਾਂ ਸਾਰਿਆਂ ਜਿੰਨਾ ਵੀ ਡਿਰਾਣੇ ਆਏ ਸੀ ਨਾ ਉਹ ਇੱਕ ਇੱਕ ਡਿਸ਼ ਬਣਾ ਕੇ ਆਪਣੇ ਘਰੋਂ ਠੀਕ ਹੈ ਇਹ ਇੱਕ ਇੱਕ ਨੂੰ ਡਿਸ਼ਿਸ ਬਣਾ ਕੇ ਵਾਲਾ ਮੇਰੀ ਸੱਸ ਦੇ ਘਰ ਲੱਗੇ ਵੰਦੇ ਸੀ ਉੱਥਾ ਸਾਰੇ ਮਿਲ ਕੇ ਇੱਕ ਜੋ ਈਦ ਦਾ ਕਨਸੈਪਟ ਹੈ ਕਿ ਮਿਲ ਮੁਲਾਕਾਤ ਮੁਹੱਬਤ ਰਵਾਦਾਰੀ ਔਰ ਇੱਕ ਫੈਮਿਲੀ ਪੂਰੀ ਦੀ ਮੁਹੱਬਤ ਇਹ ਅੱਜ ਕੱਲ੍ਹ ਦੇ ਵਾਸਤੇ ਤਾਂ ਡਾਕਟਰ ਸਾਹਿਬਾ ਮੈਂ ਅਕਸਰ ਕਿ ਸਾਰੇ ਜਿਤਨੇ ਪ੍ਰੇਮਤੇਨ ਭੇੜੀਨ ਘਰਟ ਮਾਮਾ ਇਨ ਉਹਨਾਂ ਵਾਸਤੇ ਬੜੇ ਸਬਕ ਦੀ ਗੱਲ ਹੈ ਬਲਕਿ ਯਕੀਨ ਕਰੋ ਸਾਰੇ ਮਿਲਣ ਜੁਲਣ ਵਾਲੇ ਜਿਹੜੇ ਲੋਕ ਇਹ ਦੇਥੇ ਨਾ ਉਹ ਆਪਣੇ ਅਪਣਾਵਣ ਪੈ ਗਏ ਨਹੀਂ ਸੋਚ ਕੋ ਨਾ ਕਿ ਇਵੇਂ ਸਾਕੋ ਜਨਾਬ ਇਹ ਇਕੱਲੇ ਇਕੱਲੇ ਬਣਾਵਣ ਦਾ ਮਜ਼ਾ ਹੀ ਕਿ ਨਹੀਂ ਐਗਜ਼ਾਮਪਲ ਸਰ ਕਹੀਂ ਤੇ ਇੱਕ ਬੰਦੇ ਤੇ ਬੋਝ ਵੀ ਨਾ ਆਵੇ ਹਰ ਕੋਈ ਆਪਣੇ ਘਰੋਂ ਆਪਣੀ ਆਪਣੀ ਡਿਸ਼ ਬਣਾ ਕੇ ਹਨ ਗਏ ਤਾਂ ਕਿ ਉੱਥਾ ਵਨ ਕੇ ਕਹੀਂ ਕੋ ਪਰੇਸ਼ਾਨੀ ਵੀ ਨਾ ਹੋਵੇ ਡਾਕਟਰ ਸਾਹਿਬ ਜੁਆਇੰਟ ਫੈਮਿਲੀ ਸਿਸਟਮ ਹੁਣ ਅਸਸ ਤਾਂ ਮੁਕਦਾ ਵੇਦੇ ਤੁਸਾਂ ਇੰਦੀ ਅਫਾਦੀਅਤ ਦੇ ਹਵਾਲੇ ਨਾਲ ਕਿਹਾ ਇਹ ਕਿ ਜਾਂ ਸਿੰਗਲ ਫੈਮਿਲੀ ਸਿਸਟਮ ਠੀਕ ਹੈ ਜਾਂ ਇਹ ਜੁਆਇੰਟ ਫੈਮਿਲੀ ਜ਼ਿਆਦਾ ਰਹਿਮਤ ਤੇ ਬਰਕਤ ਹੈ ਇਹ ਇੱਕ ਦਰਮਿਆਨ ਦਾ ਇੱਕ ਰਸਤਾ ਹੈ ਉਹ ਨਾ ਮੇਰੇ ਸੁਸਰ ਸਾਹਿਬ ਅੱਲਾਹ ਤਾਲਾ ਉਹਨਾਂ ਦੀ ਮਿਹਰ ਫਰਮਾਵੇ ਉਹਨਾਂ ਨੇ ਸਾਰੇ ਬਾਲੇ ਕੋ ਲੈ ਤਾ ਲੈ ਤਾ ਘਰ ਬਣਾ ਕੇ ਦਿੱਤੇ
قریب قریب لے کر جی جی بل کوئی موقع محل ہوتا تے کٹھے تھی ونا بڑی اچھی یعنی کہ جلے تک پرائیویسی دی لوڑ ہے یا تک اپنے بالے دی تربیت نہ ہونا لگدی کہ تو تک اپنے بالے کو اپنے حساب نال تربیت کرنی ہے او تارے کول الگ گھر وی ہن پے لیکن جلے کوئی خوشی ہے اللہ نہ کرے کہ غمی دے موقع وی اندن اوہلے سارا خاندان اکٹھا تھی وے تے میرے خیال ہے اتنا پیارا ایک انداز ہے اور عید دے حوالے نال کی شادیاں دے حوالے نال کی خوشیاں دے موقع تے تے انداز او ہے میں سارے کو ایڈوائز کرے سا کہ وہ ضرور یہ انداز کو اپناویں تاکہ بھرا ایک بکل دور نہ تھی ونجن اور یہ بیویاں ہی ہوندے جڑا بھرا میں اکٹھا رکھے ہیں بالکل صحیح اچھا گوگر صاحب دی عید دا موقع ہوندے بہت سارے لوگ جڑے باہر ہوندے دوست احباب رشتہ دار ملن ملاون دا ایک سلسلہ بنویندے کدی کوئی باربیکیو دی محفل کدی سب لوگ آ جانا عید نماز پڑھی اس وقت لوگ کٹھے ہو گئے قربانی بھی ہو رہی ہے لوگ آ رہے ہیں مل رہے گپ شپ لا رہے ہیں حال حوال بن رہے ہیں اچھا ایک چیز جڑی میں ضرور پوچھا تو ریکول تساں دا گاؤں ونج کے دیہات ونج کے پنڈ ونج کے عید کرنا پسند کرے بال شہر چران دین اج کل دے اوہی پسند کرے دین بالکل پسند کرے سن نال ودن عید کرن تے وہ تھرل محسوس کرے دے بالاں وچ اج دے جڑی تساں بال ہو دے محسوس کرے نہیں او چیز نہیں ہے جی جڑے ساڈے وقت دی عید آئی نا جڑی ساڈی خوشی آئی میں اودی وطن میں وجہ دسنا جی جی وجہ ہے کہ جڑا ساڈا بچپن ہے نا ساڈا بچپن وچ اساں میکسیمم ہفتے دو دفعہ گوشت کھاندے آسے وہ بھی بڑے اچھے گھروں دے وچ میکسیمم اج بچیاں دا صبح دوپہر شام نو گوشت دی صورت اویبل ہے جی اج دے بچے مٹن کھانا پسند نہیں کردے او وائٹ میٹ بریلر وغیرہ کھانا پسند کردے جی انہاں دی او خوشی نہیں ہے جو ساڈی خوشی ہوندی ہے اسی اس وقت ساڈی اس وقت عید تو پہلے ایک ہفتہ پہلے ساڈا سا کم از کم رات دی نیند خراب ہوندی ہے کہ اسا تیاری کر رہے ہیں جی بکریاں لے کے پھر رہے ہیں ساری چیزاں کر رہے ہیں اج دے بچیاں دے وچ او چیز اج کل دے بچے کو نہیں مطلب اتنی زیادہ اویلیبلٹی ہے ہر چیز دی انہاں کول سہولت بہت زیادہ ہے ہاں پڑھ دے دیکھو ساڈی تے بڑی سادہ لائف ہے انتہائی سمپل لائف ہے سادہ غذا ہے اور میں اس غذا نو اج ترسنا اچھا ول او ساڈے اپنے بالاں دی جڑا دنیا ہے کو موبائل فون وچ سمٹ گئی سوشل میڈیا آ گئے کمپیوٹر آ گئے اچھا ول اویلیبلٹی بو ساڈے بچپن وچ اویلیبلٹی تھی کوئی نہیں اسا ہر کام کو بڑے شوق نال کریں دے اسے اچھا ایک جویں کھوکر صاحب نے فرمایا کہ ساڈے بچے وی نال وینن عید گریٹ کرن ایویں تواڈی فیملی دے سارے بھرا ماشاءاللہ کٹھے وینن کیونکہ تواڈی یوسف سہی نے اے سیٹ کیتے کہ بچے ضرور بنے اے جڑے فیملی ٹریڈیشنز نے پیرنٹس ہی ٹرانسفر کریں اپنی اولاد وچ اگر تساں اپنے بچے کو اپنے ہلکے یا گاؤں نہ گین ویسو تو بچے کس گل اوتھے ویسی اے تا پیرنٹس دا فرض ہے کہ او بچے کو سکھاوے کہ اونے اپنے کون ہیں اوندا علاقہ کون ہے اوندی زبان اوندا لباس کیا چیز ہے تے اے ایدا دے تھرو ہی اے فیسٹیولز جڑے نا رات جڑا سب تو بڑا اس وقت ایشو بن رہا ہے نا جی جی سڑے گاؤں دی جڑی غذا خالص ہے او ختم ہو گئی ہے بالکل خوشیاں جڑا نا ہن کو سنبھال سنبھال کے رکھن دا کوئی فائدہ کیا نہیں مزہ ہی کیا نہیں خوشیاں کو ونڈاؤ اور جتنا ونڈے سو اندے کول زیادہ ملٹی پلائی کی کے واپس آسا بس یہ کنسپٹ جڑا انشاءاللہ سا آپ ہی سکھنے اپنی اولاد کو کر کے دکھاونے اپنی آئندہ نسلیں کو کر کے دکھاونے سارے وڈے دا فرض ہے جیسا جو انہاں دے سامنے کرے سو او سکھن جڑا آکھ سو او نہ سکھن بالکل ٹھیک تے انشاءاللہ انہاں کو عمل کر کے ثابت کر صورت گال اچھا علی موسی گلانی صاحب کو پوچھو کہ تسا کیا میسج دے سو عید دے حوالے نال تے میں یہ بھی آکھ سا کہ تساں بہت زیادہ سارے واسطے ویلا کڈیا سارے نے بے پناہ مشکور ہیں تواڈے لیکن جناب میسج اسا کو مہربانی نال میں سمجھسا کہ ساڈی معاشرے دے وچ بہت زیادہ ڈیوائیڈ ہو گیا ہے معاشرہ جڑا ہے اندر ڈویژن بہت زیادہ ہو گئی ہیں پولرائزیشن ہے بٹ ڈویژن بہت زیادہ تھی گئی ہے سانکو یہ چاہیے کہ اساں ایک بے دے قریب آؤں اور نفرتوں کو بلاؤں اور دیکھو اندر یہ کہ اساں دیکھو میں سمجھنا کہ ساری پولیٹیکل جڑی ڈیوائڈ ہے وہ بھی اس حد تک پہنچ گئی دیکھو ایز اے پولیٹیشین میرا کام صرف یہ نہیں کہ میں آواں میں آ کے ووٹ گنا چلا وجا میرے کو تبلیغ کرنی چاہیے تربیت کرنی چاہیے اندر یہ کہ پولیٹیکل ڈفرنسز اسائڈ اپنے
ਅਸਾਂ ਛੋਟੀ ਛੋਟੀ ਗੱਲ ਦੇ ਉੱਤੇ ਮਤਲਬ ਰਿਲੀਜਨ ਦੇ ਉੱਤੇ ਈਵਨ ਕਿ ਰਿਲੀਜਨ ਦੇ ਉੱਤੇ ਅਸਾਂ ਮਸਲਕ ਦੇ ਉੱਤੇ ਬਹਿਸ ਕਰਕੇ ਇਤਨੀ ਦੂਰ ਨਫ਼ਰਤਾਂ ਥੀ ਵੈਂਦੀਆਂ ਇੱਕ ਛੋਟਾ ਜਿਹਾ ਮੈਂ ਤੁਹਾਨੂੰ ਮਿਸਾਲ ਦੇਣਾ ਕਿ ਇੱਕ ਚਾਰ ਅਡੂ ਹਾਂਸ ਹੈ ਮੇਰੇ ਇਲਾਕੇ ਦੇ ਵਿੱਚ ਉੱਥੇ ਇੱਕ ਮਸਜਿਦ ਦਾ ਮਸਲਾ ਹੈ ਕਿ ਫਿਰਕੇ ਦੇ ਉੱਤੇ ਉਹ ਮਸਜਿਦ ਦੇ ਜੁਮਾ ਨਹੀਂ ਥੀਂਦਾ ਪਿਆ ਕੋਈ ਆਦਾ ਜੁਮਾ ਥੀ ਸਕਦਾ ਤਾਂ ਇਤਨੀ ਨਫ਼ਰਤ ਲੋਕਾਂ ਇੱਕ ਬਹਿ ਦੇ ਰਾਹ ਬੰਦ ਕਰ ਦਿੱਤੇ ਔਰ ਇਸਲਾਮ ਦਾ ਸਾਕੂ ਇਹ ਸਿਖਾਉਂਦਾ ਕਿ ਅਸਾਂ ਕਿਸੇ ਦੇ ਰਾਹ ਤੋਂ ਪੱਥਰ ਹਟਾਉਣ ਤੋਂ ਉਹਦਾ ਹੀ ਸਵਾਬ ਹੈ ਅਸਾਂ ਲੋਕਾਂ ਦੇ ਰਾਹ ਬੰਦ ਕਰ ਦਿੰਦੇ ਸਾਕੂ ਦਰਗੁਜ਼ਰ ਔਰ ਦਿਲ ਵੱਡਾ ਕਰਨਾ ਚਾਹੀਦਾ ਸਾਕੂ ਮਾਫ਼ੀ ਔਰ ਦਿਲ ਵੱਡਾ ਕਰਨਾ ਚਾਹੀਦਾ ਜੀ ਡਾਕਟਰ ਨਜਮਾ ਸਾਹਿਬ ਕੋਈ ਇੱਕ ਦੋ ਅਸ਼ਾਰ ਵੀ ਤੇ ਈਦ ਦਾ ਮੁਖਤਸਰ ਜਿਹਾ ਮੈਸੇਜ ਵੀ ਮੈਸੇਜ ਇਹੀ ਹੋਏ ਕਿ ਜਿਵੇਂ ਸਾਡੀ ਪਾਪੂਲੇਸ਼ਨ ਹੈ ਜਾਂ ਜਿਵੇਂ ਮੁਲਕੀ ਹਾਲਾਤ ਹਨ ਜਾਂ ਜਿਵੇਂ ਜ਼ਿਆਦਾ ਕੋਲੋਂ ਜ਼ਿਆਦਾਤਰ ਲੋਕ ਗਰੀਬ ਹਨ ਜਿਹੜੇ ਅਫੋਰਡ ਨਹੀਂ ਕਰ ਸਕਦੇ ਇਹ ਵਾਸਤੇ ਜਿਹੜਾ ਨਾ ਜਿਵੇਂ ਅਫੋਰਡੇਬਲ ਤਬਕਾ ਹੈ ਉਹ ਕੁਰਬਾਨੀ ਕਰੇਂਦੇ ਅਤੇ ਜਿਵੇਂ ਪਹਿਲਾਂ ਹੀ ਗੱਲ ਥੀ ਚੁੱਕੀ ਹੈ ਕਿ ਤਰ੍ਹਾਂ ਹਿੱਸੇ ਵਿੱਚ ਡਿਵੀਜ਼ਨ ਹੁੰਦੀ ਹੁੰਦੀ ਅੱਲਾਹ ਤਾਲਾ ਨੇ ਇੱਕ ਪੂਰਾ ਹਰ ਚਾਹੀਦਾ ਇੱਕ ਰੱਖੇ ਕਿ ਰਿਸ਼ਤੇਦਾਰ ਹੈ ਕੋਈ ਤੁਸੀਂ ਸਾਡੇ ਗਰੀਬ ਹੈ ਕੋਈ ਔਰ ਆਪਣੇ ਵਾਸਤੇ ਵੀ ਰੱਖੋ ਯਾਨੀ ਇਹਦੇ ਵਿੱਚ ਇਹ ਨਹੀਂ ਨਾ ਕਿ ਤੁਸੀਂ ਸਾਰਾ ਡਿਵਾਈਡ ਕਰ ਦਿਓ ਖੁਦ ਕੋ ਮਾਇੰਡ 'ਚ ਰੱਖੋ ਕਿ ਹਾਂਜੀ ਸਾਡੇ ਕੋਲ ਇਹ ਸ਼ੱਕ ਹੈ ਜੀ ਉਹੀ ਵਾਸਤੇ ਉਹ ਡਿਵੀਜ਼ਨ ਕੋ ਪੂਰਾ ਉਤਰਨਾ ਚਾਹੀਦਾ ਸਾਰੀ ਚੀਜ਼ ਫਰਿੱਜ 'ਚ ਨਹੀਂ ਰੱਖ ਦੇਣੀ ਚਾਹੀਦੀ ਔਰ ਜਿਤਨਾ ਇਹ ਕਨਸੈਪਟ ਹੈ ਕਿ ਜਿਤਨਾ ਜਿਹੜੀ ਸ਼ਾਇਦ ਤੁਸੀਂ ਵੰਡੇ ਸੋ ਚਾਹੇ ਉਹ ਆਸਾਨੀ ਹੋ ਸੀ ਮੁਹੱਬਤ ਹੋ ਸੀ ਪਿਆਰ ਹੋ ਸੀ ਉਤਨਾ ਵਾਲਾ ਵਾਪਸ ਤੱਕ ਮਿਲ ਰਹੇ ਸੀ ਉਹ ਚੀਜ਼ ਅੱਲਾਹ ਤਾਲਾ ਨਾਲ ਥੋੜੀ ਜਿਹੀ ਤਜਾਰਤ ਜਿਹੜੀ ਹੈ ਨਾ ਕਾਇਮ ਰੱਖਣੀ ਚਾਹੀਦੀ ਹੈ ਤਾਂ ਕਿ ਅੱਲਾਹ ਪਾਕ ਬੁਲਾ ਲੈਂਦਾ ਹੈ ਇੱਕ ਦੋ ਅਸ਼ਾਰ ਤੇ ਉਹਦੇ ਬਾਅਦ ਵੱਲ ਅਸਾਂ ਵਲਾ ਰਾਹਤ ਕੋਲ ਇੱਕ ਗਾਣਾ ਸੁਣਾਂਗੇ ਜੀ ਆ ਜੀ ਆ ਜੀ ਬਿਲਕੁਲ ਤੁਸੀਂ ਤਿਆਰ ਥੀ ਹੋ ਬਿਲਕੁਲ ਈਦ ਤੇ ਹਵਾਲੇ ਨਾਲ ਹੀ ਹੋਇਆ ਮੈਂ ਸੁਣੇ ਨਹੀਂ ਲੇਕਿਨ ਹੈ ਉਰਦੂ ਵਿੱਚ ਜੀ ਥੋੜਾ ਜਿਹਾ ਜੀ ਕਬੂਲ ਕਰਨਾ ਪੋਸੀ ਕਿਉਂਕਿ ਮੈਂ ਜ਼ਿਆਦਾ ਸ਼ਾਇਰੀ ਉਰਦੂ ਵਿੱਚ ਹੀ ਕੀਤੀ ਹੈ ਜੀ ਮਾਸ਼ਾਅੱਲਾ ਸੁਣਾਓ ਜੋ ਹਿਲਾਲ-ਏ-ਈਦ ਕੋ ਦੇਖ ਕਰ ਹੀ ਉਦਾਸ ਹੈ ਉਸੇ ਯਾਦ ਹੈ ਕਿਸੇ ਈਦ ਪਰ ਕਹੀਂ ਚਾਹਤੋਂ ਕੀ ਨਵੀਦ ਪਰ ਕੋਈ ਕਹਿ ਗਿਆ ਥਾ ਉਸੇ ਕਭੀ ਕਿ ਮੈਂ ਚਾਂਦ ਹੂੰ ਤੇਰੀ ਈਦ ਕਾ ਵਾਹ ਜੋ ਹਿਲਾਲ-ਏ-ਈਦ ਕੋ ਦੇਖ ਕਰ ਵੀ ਉਦਾਸ ਹੈ ਉਸੇ ਯਾਦ ਹੈ ਕਿਸੇ ਈਦ ਪਰ ਕਹੀਂ ਚਾਹਤੋਂ ਕੀ ਨਵੀਦ ਪਰ ਕੋਈ ਕਹਿ ਗਿਆ ਥਾ ਉਸੇ ਕਭੀ ਕਿ ਮੈਂ ਚਾਂਦ ਹੂੰ ਤੇਰੀ ਈਦ ਕਾ ਮੇਰੇ ਬਿਨ ਮਨਾਨਾ ਨਾ ਈਦ ਤੂੰ ਮੇਰੇ ਬਿਨ ਮਨਾਨਾ ਨਾ ਈਦ ਤੂੰ ਕਿ ਮੈਂ ਆਊਂਗਾ ਤੇਰੇ ਪਾਸ ਜਬ ਵਾਹ ਮੇਰੇ ਬਿਨ ਮਨਾਨਾ ਨਾ ਈਦ ਤੂੰ ਕਿ ਮੈਂ ਆਊਂਗਾ ਤੇਰੇ ਪਾਸ ਜਬ ਕਿਸੀ ਏਕ ਵਸਲ ਕੇ ਸਾਲ ਮੇਂ ਕਿਸੀ ਖਾਬ ਮੇਂ ਕੇ ਖਿਆਲ ਮੇਂ ਕਭੀ ਜਿਸ ਘੜੀ ਮੇਰੀ ਦੀਦ ਹੋ ਅੱਛਾ ਕਭੀ ਜਿਸ ਘੜੀ ਮੇਰੀ ਦੀਦ ਹੋ ਵਹੀ ਏਕ ਪਲ ਤੇਰੀ ਈਦ ਹੋ ਕਭੀ ਜਿਸ ਘੜੀ ਮੇਰੀ ਦੀਦ ਹੋ ਵਹੀ ਏਕ ਪਲ ਤੇਰੀ ਈਦ ਹੋ ਵਹੀ ਏਕ ਲਮਹਾ ਨਵੀਦ ਹੋ ਉਸੇ ਯਾਦ ਹੈ ਵੋ ਜੋ ਏਕ ਲਮਹਾ ਥਾ ਈਦ ਕਾ ਵਹੀ ਏਕ ਲਮਹਾ ਨਵੀਦ ਕਾ ਕਿਸੀ ਦੀਦ ਕਾ ਵਹੀ ਲਮਹਾ ਉਸਕਾ ਹਿਸਾਰ ਹੈ ਵਹੀ ਲਮਹਾ ਉਸਕਾ ਹਿਸਾਰ ਹੈ ਵਹੀ ਲਮਹਾ ਅਬ ਤੱਕ ਉਧਾਰ ਹੈ ਵਹੀ ਲਮਹਾ ਉਸਕਾ ਹਿਸਾਰ ਹੈ ਵਹੀ ਲਮਹਾ ਅਬ ਤੱਕ ਉਧਾਰ ਹੈ ਵੋ ਹਿਲਾਲ-ਏ-ਈਦ ਕੋ ਦੇਖ ਕਰ ਜੋ ਉਦਾਸ ਹੈ ਉਸੇ ਬਸ ਮਿਲਨ ਕੀ ਹੀ ਆਸ ਹੈ ਵੋ ਹਿਲਾਲ-ਏ-ਈਦ ਕੋ ਦੇਖ ਕਰ ਜੋ ਉਦਾਸ ਹੈ ਉਸੇ ਬਸ ਮਿਲਨ ਕੀ ਹੀ ਆਸ ਹੈ ਉਸੇ ਅਬ ਕਿਸੀ ਸੇ ਗਿਲਾ ਨਹੀਂ ਵੋ ਜੋ ਏਕ ਲਮਹਾ ਉਧਾਰ ਥਾ ਵੋ ਮਿਲਾ ਨਹੀਂ ਮਗਰ ਉਸਕੋ ਅਬ ਭੀ ਯਕੀਨ ਹੈ ਮਗਰ ਉਸਕੋ ਅਬ ਭੀ ਯਕੀਨ ਹੈ ਕਿ ਜੋ ਚਾਂਦ ਹੈ ਕਿਸੀ ਬਾਮ ਪਰ ਵੋ ਮਿਲੇਗਾ ਇੱਕ ਦਿਨ ਉਸੇ ਕਹੀਂ ਕਿਸੀ ਮੋੜ ਪਰ ਕਿਸੀ ਗਾਮ ਪਰ ਵੋ ਜੋ ਕਹਿ ਗਿਆ ਥਾ ਉਸੇ ਕਭੀ ਕਿ ਮੈਂ ਚਾਂਦ ਹੂੰ ਤੇਰੀ ਈਦ ਕਿ ਮੈਂ ਚਾਂਦ ਹੂੰ ਜੀ ਰਾਹਤ ਅਸਾਂ ਹੁਣ ਈਦ ਦਾ ਪ੍ਰੋਗਰਾਮ ਤਾਂ ਜਿਹੜਾ ਨਾ ਕਰਦੇ ਪਏ ਆਂ ਮੌਸੀਕੀ ਵੀ ਇਹਦੇ ਵਿੱਚ ਸ਼ਾਮਿਲ ਹੈ ਸ਼ਾਇਰੀ ਵੀ ਸ਼ਾਮਿਲ ਥੀ ਗਈ ਹੈ ਇਹ ਖਾਕੇ ਦੇ ਬਗੈਰ ਅਧੂਰੀ ਹੈ ਬਾਬਾ ਖਾਕੇ ਦੇ ਬਗੈਰ ਅਧੂਰੀ ਹੈ ਜਿਹੜਾ ਵਾਲਾ ਆਪਣੇ ਦੇਖਣ ਵਾਲੇ ਦੇ ਚਿਹਰਿਆਂ ਤੇ ਮੁਸਕਰਾਹਟ ਤਾਂ ਮੁਸਕਰਾਹਟ ਆਉਣੇ ਚਾਹੀਦੇ ਔਰ ਉਹਦੇ ਵਾਸਤੇ ਮੇਰੇ ਖਿਆਲੇ ਮਜ਼ਹਰ ਅਹਿਸਨ ਤੋਂ ਅੱਛਾ ਕੋਈ ਇੰਤਖਾਬ ਨਹੀਂ ਸਕਦਾ ਮਜ਼ਹਰ ਅਹਿਸਨ ਤੇ ਉਹਨਾਂ ਦੀ ਟੀਮ ਹੀ ਵਾਲੇ ਸਾਰੇ ਵਾਸਤੇ ਬੜਾ ਸੋਹਣਾ ਹੀ ਖਾਕਾ ਗਿਣ ਕੇ ਆਉਂਦੇ ਪੈਣ ਜਨਾਬ ਅਸਾਂ ਦਾ ਖੁਦਾ ਵੰਦ ਦੇ ਸੋ ਮਜ਼ਾ ਚਾਹਨੇ ਜੀ ਖਾਕੇ ਦਾ ਓਏ ਬੱਕਰਾ ਗਿਨਾਇਆ ਓਏ ਕੁਰਬਾਨੀ ਕਰੇ ਸਾ ਓਏ ਜਾਜਾ ਮਜ਼ਾ ਆਸੀ ਤੇ ਵਾਲਾ ਓਏ ਓਏ ਯਾ ਅੱਲਾ ਮੈਂ ਕੁਮਾਫ ਕਰੇ ਮੈਂ ਤਾਂ ਬੱਕਰਾ ਗਿਣ ਕੇ ਆਇਆ ਇਹ ਲਿਸਾ ਲੀਲਾ ਕੀ ਤੂੰ ਆ ਗਏ ਓ ਤੂੰ ਕੌਣ ਹੈ ਕੌਣ ਹੈ ਤੂੰ ਮੇਰੀ ਬੱਕਰੇ ਦੀ ਜਗ੍ਹਾ ਤੂੰ ਕੌਣ ਹੈ
ਉਹ ਮੈਂ ਤੁਹਾਡੇ ਬੱਕਰੇ ਦੀ ਜਾਤ ਤੇ ਨਹੀਂ, ਤੁਹਾਡਾ ਬੱਕਰਾ ਮੇਰੀ ਜਾਤ ਤੇ ਚਲਾ ਗਿਆ। ਉਹ ਯਾਰ ਮੈਨੂੰ ਸਮਝ ਨਹੀਂ ਆਉਂਦੀ ਪਈ, ਉਹ ਮੈਂ ਬੱਕਰਾ ਗਿਣ ਕੇ ਆਇਆ, ਇਹ ਤੁਹਾਡੀ ਤੇ ਤੂੰ ਹੈ, ਇਹ ਕਿਵੇਂ ਠੀਕ ਹੈ? ਮੇਰੇ ਬੱਕਰੇ ਦੀ ਜਾਤ ਤੇ ਤੂੰ ਕਿਵੇਂ ਆ ਕੇ, ਤੇ ਤੇਰੀ ਜਾਤ ਤੇ ਮੇਰਾ ਬੱਕਰਾ ਕਿਵੇਂ ਚਲਾ ਗਿਆ? ਉਹ ਮੇਰੀ ਜਾਤ ਤੇ ਚੋਰੀ ਕਰਨਗੇ। ਅੱਛਾ, ਮੇਰਾ ਬੱਕਰਾ ਕੀਤਾ ਹੈ ਕਰੋਨਾ ਠੀਕ ਹੈ ਨਾ, ਦੋ ਹਫ਼ਤਿਆਂ ਵਾਸਤੇ ਨਾ ਉਹ ਕਰੰਟੀਨਾ ਠੀਕ ਹੈ। ਕਰੰਟੀਨਾ ਇਹ ਕਈ ਪਤਾ ਹੈ ਬੋਸ, ਬੋਸ ਬੱਕਰਾ ਪਸ਼ਤੋ ਬੋਲਣ ਪੈ ਗਏ ਤੇ ਕਈ ਕਈ ਵੇਲੇ ਅੰਗਰੇਜ਼ੀ ਬੋਲਣ ਲੱਗ ਪੈਂਦੇ, ਤੇ ਉਹ ਬੱਕਰੇ ਨੇ ਮੈਨੂੰ ਦੱਸੇ ਜੋ ਉਹਦੇ ਮਾਲਕ ਨੂੰ ਕਰੋਨਾ ਏ। ਅੱਛਾ 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 ਅੱਛਾ, ਮੈਂ ਆਖਿਆ ਵੀ ਆਈ ਬਾਈ ਬੱਕਰੇ ਕੋ ਮਾਸਕ ਲਾਓ, ਨਹੀਂ ਤਾਂ ਕਰੋਨਾ ਤੀ ਵੇ ਸੀ, ਬੱਕਰੇ ਕੋ ਮਾਸਕ ਨਹੀਂ ਲਾਇਆ ਹੈ ਤੇ ਉਹ ਅੰਗਰੇਜ਼ੀ ਵੀ ਬੋਲੇਂਦਾ ਪੇ, ਤੋੜੀ ਤੋੜੀ ਪਸ਼ਤੋ ਵੀ ਬੋਲੇਂਦਾ ਪੇ, ਇਹਦਾ ਮਤਲਬ ਉਹ ਮੇਰਾ ਹੀ ਬੱਕਰਾ ਹੈ, ਤੁਸੀਂ ਚੋਰੀ ਕੀਤੇ ਕੀਤੇ ਮੇਰਾ ਬੱਕਰਾ ਕਾਢੋ ਏ, ਜਲਦੀ ਕਾਢੋ ਬਾਬਾ ਨੀ ਬੱਕਰੇ ਕੋ ਕਰੋਨਾ ਹੈ, ਕਰੋਨਾ ਕਰੋ ਕਰੋਨਾ ਕਿਉਂ ਹੁਆ ਉਸੇ ਕਰੋਨਾ ਸਾਹ ਸਾਹ ਦੀ ਬਿਮਾਰੀ, ਨੌਜਵਾਨਾਂ ਕੋਲ ਕਿਆ ਤੀਗੇ, ਛੋਟੇ ਛੋਟੇ ਕਲਿੱਪ ਬਣਾਉਣ ਕੀਤੇ, ਰੇਲ ਗੱਡੀ ਦੇ ਅੱਗੋਂ ਆਵੇ ਨੇ, ਉਹ ਖੂਹ ਚ ਦਰਕ ਮਾਰਦੇ ਨੇ, ਉਹ ਦਰਿਆ ਦੇ ਵਿੱਚ ਛਲਾਂਗਾ ਲੈ ਨੇ, ਉਹ ਕਈ ਫੌਤਕੀਆਂ ਤੀਗੇ ਨੇ ਇਹੋ ਕਲਿੱਪ ਬਣਾਉਣ ਦੇ ਚੱਕਰੇ 'ਚ। ਓਏ ਚੋੜੋ ਚੋੜੋ ਕੋਈ, ਬਲਕਿ ਤੁਸੀਂ ਐਂ ਕਰੋ ਬੱਕਰੇ ਦੇ ਨਾਲ ਮੇਰਾ ਵੀ ਕਲਿੱਪ ਬਣਾਓ, ਕਿਤੇ ਮੇਰਾ ਬੱਕਰਾ ਮੇਰੇ ਘਰ ਪੇ ਘਰ ਪੇ। ਮੈਂ ਕੋਈ ਇਹ ਦੱਸੋ ਤੁਸਾਂ ਵੈਕਸੀਨ ਲਵਾਈਏ ਘਰ ਗੇਮ ਕੇ ਵਾਈਓ, ਮੈਂ ਬੱਕਰੇ ਦੇ ਨਾਲ ਚੌਜਾ ਜੀ ਤੁਹਾਕੂ ਵੀ ਕੁਆਰੰਟੀਨ ਕਰੇ, ਉਹ ਤੋਂ ਬਾਅਦ ਪਹਿਲੇ ਤੁਹਾਕੂ ਵੈਕਸੀਨ ਲਵੇ। ਓਏ ਚੁੱਪ ਕਰ, ਓਏ ਚੁੱਪ ਕਰ ਯਾਰ, ਪਹਿਲੇ ਤੁਹਾਕੂ ਵੈਕਸੀਨ ਲਵੇ ਸਾਂ, ਵਲ ਬੱਕਰੇ ਕੋ ਵੈਕਸੀਨ ਲਵੇ ਸਾਂ, ਵਲ ਸਾਰੇ ਮਿਲ ਕੇ ਬੱਕਰੇ ਦੀ ਕੁਰਬਾਨੀ ਕਰੇ ਸੂ ਤੇ ਅੱਲਾ ਦਾ ਸ਼ੁਕਰ ਅਦਾ ਕਰੇ ਸੂ। ਦੇਖੋ ਅੱਜ ਈਦ ਦੀ ਨਿਵਾਰ ਹੈ, ਅੱਲਾ ਮੀ ਆਦੇ ਈਸਾਰ ਕੁਰਬਾਨੀ ਦਾ ਜਜ਼ਬਾ ਰੱਖਾ, ਈਦ ਦੇ ਮੌਕੇ ਤੇ ਮੈਂ ਤੁਹਾਕੂ ਇਹ ਚੋਰੀ ਮਾਫ਼ ਕਰੇ ਨਾ, ਹੁਣ ਜੁਲੋ ਡੋਲ ਕੇ ਮੇਰਾ ਬੱਕਰਾ ਦਿਓ ਤੇ ਚੱਲ ਕੇ ਉਹ ਵੈਕਸੀਨ ਲਵੇ ਨੀ। ਚਲੋ ਸਭ ਨੇ ਇਤਨਾ ਵੇਲਾ ਦਿੱਤੇ, ਮੈਂ ਬੇਪਨਾਹ ਮਸ਼ਕੂਰ ਹਾਂ ਹਰ ਕੋਈ ਆਪਣੀ ਈਦ ਵਾਲੀ ਦਿਹਾੜ ਤੁਸਾਂ ਸਾਰੇ ਵਾਸਤੇ ਪੀ ਟੀ ਵੀ ਮੁਲਤਾਨ ਵਾਸਤੇ ਇਤਨਾ ਵਕਤ ਕੱਟ ਕੇ ਆਏ ਅਤੇ ਬਸ ਹੁਣ ਛੋਟਾ ਜਿਹਾ ਗਾਣਾ ਸੁਣੋ ਤੇ ਉਹਦੇ ਬਾਅਦ ਆਪਣੇ ਪ੍ਰੋਗਰਾਮ ਕੋ ਵਾਇੰਡ ਅਪ ਪੇਸੂ। ਅੱਜ ਕਿਉਂਕਿ ਖਵਾਤੀਨ ਜ਼ਿਆਦਾ ਨੇ ਤਾਂ ਇੱਕ ਮੈਂ ਗਾਣਾ ਸੁਣੀਦੀ ਪਈ ਹਾਂ, ਸਾਰੇ ਗਾਣੇ ਪੂਰੇ ਲਤੀਫ ਭੱਟੀ ਸਾਹਿਬ ਦਾ ਲਿਖਿਆ ਹੋਇਆ, ਇੱਕੋ ਟਿੱਕਾ ਖੁੱਟ ਦੇ ਔਰਤਾਂ ਦੀ ਇੱਕ ਟੈਕਨੀਕ ਹੁੰਦੀ ਚੀਜ਼ਾਂ ਮੰਗਣ ਦੀ, ਬਈ ਅਸ਼ਾ ਪੂਰੀ ਸੀਗੀ ਹੁਣ ਇਹ ਬਣਵਾ ਦੇ, ਹੁਣ ਇਹ ਬਣਵਾ ਦੇ, ਹੁਣ ਇਹ ਬਣਵਾ ਦੇ, ਅਤੇ ਉਹਨਾਂ ਦੀ ਸ਼ੋਪਿੰਗ ਹੀ ਪੂਰੀ ਨਹੀਂ ਸੀ ਅਤੇ ਉਹਨਾਂ ਦਾ ਦੇਵਾ ਹੀ ਪੂਰਾ ਨਹੀਂ ਸੀ। ਠੀਕ ਹੈ ਜੀ, ਜੀ ਬਿਲਕੁਲ ਜੀ, ਵਾਲੇ ਖੂਬਸੂਰਤ ਗੀਤ ਜੀ, ਮੈਂ ਹੁਣੇ ਸਾਰੇ ਦੇਖਣ ਵਾਲੇ ਦੀ ਨਜ਼ਰ ਵੀ ਕਰੋ।